God bless you ਸਾਰਿਆਂ ਨੂੰ ਪਰਮੇਸ਼ਰ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ ਤੇ ਮੈਂ ਇੱਕ ਵਾਰ ਫਿਰ ਨਿੱਘਾ ਸਵਾਗਤ ਕਰਨਾ ਚਾਹੁੰਦਾ ਹੈਗਾ ਸਾਰਿਆਂ ਦਾ ਆਪਣੇ ਰਿਵਾਈਵਲ ਪੰਜਾਬੀ ਚਰਚ ਦੇ ਵਿੱਚ ਤੇ ਜੇ ਕੋਈ ਆਪਣੇ ਆਪਣੇ ਭਰਾ ਚ ਵਿਜ਼ਿਟ ਕਰ ਰਿਹਾ ਆ ਆਪਾਂ ਨੂੰ ਤੇ ਉਹਨਾਂ ਨੂੰ ਵੀ ਅਸੀਂ ਨਿੱਘਾ ਸਵਾਗਤ ਉਹਨਾਂ ਦਾ ਦਿੰਦੇ ਹਾਂ ਤੇ ਜੇ ਕੋਈ ਭੈਣ ਭਰਾ ਆਪਣਾ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਹਫ਼ਤਿਆਂ ਦੇ ਵਿੱਚ ਆ ਰਿਹਾ ਹੈਗਾ ਆ ਸੋ ਉਹਨਾਂ ਨੂੰ ਵੀ ਅਸੀਂ ਪਰਮੇਸ਼ਵਰ ਦੇ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਨਾਮ ਦੇ ਵਿੱਚ ਨਿੱਘਾ ਸਵਾਗਤ ਕਰਦਾ ਹੈਗਾ ਮੈਂ ਸੋ ਆਓ ਆਪਾਂ ਸਿੱਧਾ ਅੱਜ ਦੇ ਵਚਨ ਦੇ ਵਿੱਚ ਜਾਵਾਂਗੇ ਲੇਕਿਨ ਉਹਦੇ ਲਈ ਆਪਾਂ ਇੱਕ ਛੋਟੀ ਜਿਹੀ ਪ੍ਰੇਅ ਕਰਾਂਗੇ ਹੈ ਮੈਂ ਸੋ ਮੈਂ ਰਿਕੁਐਸਟ ਕਰਾਂਗਾ ਜਿੱਥੇ ਵੀ ਆਪਾਂ ਸਾਰੇ ਜਾਣੇ ਬੈਠੇ ਹੈਗੇ ਹਾਂ ਆਪਾਂ ਆਪਣੇ ਦਿਲਾਂ ਦੇ ਉੱਤੇ ਹੱਥ ਰੱਖ ਲਈਏ ਸਾਰੇ ਜਾਣੇ ਅਤੇ ਦੂਸਰਾ ਹੱਥ ਪਰਮੇਸ਼ਵਰ ਵੱਲੋਂ ਚੁੱਕ ਲਈਏ ਅਤੇ ਆਓ ਦੁਆ ਕਰੀਏ ਪਰਮੇਸ਼ਵਰ ਪਿਤਾ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਨਾਮ ਦੇ ਵਿੱਚ ਮੈਂ ਹਰ ਇੱਕ ਭੈਣ ਹਰ ਇੱਕ ਭਰਾ ਨੂੰ ਲੈ ਕੇ ਤੁਹਾਡੀ ਹਜ਼ੂਰੀ ਚ ਆਉਣਾ ਚਾਹੁੰਦਾ ਹਾਂ ਪ੍ਰਭੂ ਜੀ ਜਾਣੇ ਅਣਜਾਣੇ ਚੋਂ ਜੋ ਵੀ ਸਾਤੋਂ ਗਲਤੀਆਂ ਗੁਨਾਹ ਭੁੱਲਾਂ ਪਾਪ ਹੋਏ ਨੇ ਸਾਨੂੰ ਸ਼ਮਾ ਕਰੋ ਤੇ ਸਾਨੂੰ ਮਾਫ਼ ਕਰੋ ਤੇ ਆਪਣੇ ਪਵਿੱਤਰ ਲਹੂ ਦੇ ਨਾਲ ਧੋ ਕੇ ਸਾਨੂੰ ਸਾਫ਼ ਕਰੋ ਪਵਿੱਤਰ ਆਤਮਾ ਜੀ ਤੁਹਾਡੀ ਹਜ਼ੂਰੀ ਮੰਗ ਲੈਣੇ ਹੈਗੇ ਆ ਅੱਜ ਰਾਤ ਵਾਸਤੇ ਤੁਹਾਡੀ ਭਰਪੂਰੀ ਮੰਗ ਲੈਣੇ ਹੈਗੇ ਅੱਜ ਰਾਤ ਵਾਸਤੇ ਤੇ ਪ੍ਰਭੂ ਜੀ ਮੇਰੀ ਪ੍ਰੇਅਰ ਹੈਗੀ ਹੈ ਕਿ ਕੋਈ ਵੀ ਅੱਜ ਇਸ ਜਗ੍ਹਾ ਤੋਂ ਖਾਲੀ ਹੱਥ ਨਾ ਜਾ ਸਕੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੰਗਦਾ ਹਾਂ ਆਮੀਨ 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 ਹਾਲੇਲੂਯਾ ਆਓ ਵਚਨ ਖੋਲਾਂਗੇ ਸਿੱਧਾ ਪ੍ਰਭੂ ਤੇ ਬਣਾਓ ਤੇ ਅੱਜ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਅੱਜ ਜਿਹੜਾ ਵਚਨ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਅੱਜ ਜਿਹੜਾ ਖਿਆਲ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੇਰਾ ਖਿਆਲ ਹੈ ਕਿ ਉਹ ਮਨੁੱਖ ਦੀ ਇਨਸਾਨ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਹੁਣ ਤੁਸੀਂ ਸੋਚ ਸਕਦੇ ਹੈਗੇ ਹੋ ਵੀ ਤੁਹਾਡੀ ਸਭ ਤੋਂ ਵੱਡੀ ਜ਼ਰੂਰਤ ਕੀ ਹੈ ਪਾਸਟਰ ਜੀ ਸਾਡੀ ਸਭ ਤੋਂ ਵੱਡੀ ਜ਼ਰੂਰਤ ਹੈ ਅਸੀਂ ਗੱਡੀ ਲੈਣੀ ਹੈ ਅਸੀਂ ਘਰ ਲੈਣਾ ਹੈ ਮੈਂ ਇਨਸਾਨ ਦੀ ਰੂਹਾਨੀ ਤੌਰ ਤੇ ਸਭ ਤੋਂ ਵੱਡੀ ਜ਼ਰੂਰਤ ਦੀ ਗੱਲ ਕਰਦਾ ਹਾਂ ਉਹ ਕਿਹੜੀ ਹੈ ਇਨਸਾਨ ਦੀ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਰੂਹਾਨੀ ਤੌਰ ਤੇ ਉਹ ਹੈ ਕਿ ਇਨਸਾਨ ਦਾ ਰੱਬ ਦੇ ਨਾਲ ਤਾਲੁਕਾਤ ਪੈ ਜਾਏ ਕਿ ਇਨਸਾਨ ਦਾ ਰੱਬ ਦੇ ਨਾਲ ਰਿਸ਼ਤਾ ਪੈ ਜਾਏ ਕਿ ਬੰਦੇ ਦਾ ਰੱਬ ਦੇ ਨਾਲ ਰਿਸ਼ਤਾ ਕਾਇਮ ਹੋ ਜਾਏ ਕਿ ਰੱਬ ਇਨਸਾਨ ਦੇ ਵਾਸਤੇ ਇਨਸਾਨ ਦਾ ਦੋਸਤ ਮਿੱਤਰ ਬਣ ਜਾਏ ਇਨਸਾਨ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਇਨਸਾਨ ਆਪਣੇ ਦਿਲ ਵਿੱਚ ਖਾਲੀ 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 ਮਹਿਸੂਸ ਕਰੂਗਾ ਜੇ ਉਹਦੇ ਦਿਲ ਵਿੱਚ ਉਹਦੇ ਮੁਕਤੀਦਾਤਾ ਦਾ ਉਹਦੇ ਕ੍ਰੀਏਟਰ ਦਾ ਉਹਦੇ ਰੱਬ ਦਾ ਨਾਮੋ ਨਿਸ਼ਾਨ ਹੈ ਨਹੀਂ ਤੇ ਜਦੋਂ ਰਿਸ਼ਤੇ ਦੀ ਗੱਲਬਾਤ ਹੁੰਦੀ ਆ ਤੁਸੀਂ ਜਿਹਦੇ ਨੇੜੇ ਹੋ ਜ਼ਿਆਦਾ ਤੁਸੀਂ ਜਿਹਦੇ ਨਾਲ ਤੁਹਾਡਾ ਰਿਸ਼ਤਾ ਵਧੀਆ ਹੋਵੇ ਜਿਹਦੇ ਨਾਲ ਤੁਹਾਡਾ ਰਿਸ਼ਤਾ ਵਧੀਆ ਹੋਊਗਾ ਤੁਸੀਂ ਉਹਦੇ ਨਾਲ ਉੱਠੋਗੇ ਬੈਠੋਗੇ ਵੀ ਤੇ ਜਿਹਦੇ ਨਾਲ ਤੁਸੀਂ ਉੱਠੋਗੇ ਬੈਠੋਗੇ ਵੀ ਉਹਦੇ ਨਾਲ ਤੁਸੀਂ ਬੋਲੋਗੇ ਚੱਲੋਗੇ ਵੀ ਸੋ ਜਾਣੀ ਕਿ ਰਿਸ਼ਤਾ ਵਧੀਆ ਹੋਣਾ ਤੇ ਬੋਲਣਾ ਚੱਲਣਾ ਇਹ ਤੋਂ ਜੇ ਦੋ ਚੀਜ਼ਾਂ ਪੈਰਲ ਜਾਂਦੀਆਂ ਨੇ ਜਿਹਨਾਂ ਦੇ ਨਾਲ ਰਿਸ਼ਤੇ ਬਦਲ ਜਾਂਦੇ ਨੇ ਉਹਨਾਂ ਨਾਲ ਬੋਲਣਾ ਬਦਲ ਜਾਂਦਾ ਆ ਜਿਹਨਾਂ ਦੇ ਨਾਲ ਰਿਸ਼ਤੇ ਕਮਜ਼ੋਰ ਹੋ ਜਾਂਦੇ ਨੇ ਉਹਨਾਂ ਦੇ ਨਾਲ ਤੁਹਾਡਾ ਬੋਲਣਾ ਕਮਜ਼ੋਰ ਹੋ ਜਾਂਦਾ ਹੈ ਤੁਹਾਡੇ ਬੋਲਣ ਦਾ ਤਰੀਕਾ ਬਦਲ ਜਾਂਦਾ ਆ ਜਿਹਨਾਂ ਦੇ ਨਾਲ ਤੁਹਾਡੇ ਰਿਸ਼ਤੇ ਤਕੜੇ ਰਹਿੰਦੇ ਨੇ ਉਹਨਾਂ ਦੇ ਨਾਲ ਤੁਹਾਡਾ ਬੋਲਣਾ ਤਕੜਾ ਰਹਿੰਦਾ ਆ ਮੈਂ
ਤੇ ਉਹਨਾਂ ਦੇ ਨਾਲ ਤੁਹਾਡਾ ਫੋਨਾਂ ਤੇ ਉਹਨਾਂ ਦੇ ਨਾਲ ਵਟਸਐਪ ਤੇ ਉਹਨਾਂ ਦੇ ਨਾਲ ਬੈਠ ਕੇ ਉੱਠ ਕੇ ਕੰਮ ਤੇ ਚਰਚ ਤੇ ਇੱਧਰ ਆ ਜਾਓ ਉੱਧਰ ਚਲੇ ਜਾਓ ਚਲੋ ਮੈਂ ਛੱਡਿਆ ਨਹੀਂ ਆ ਤੁਹਾਨੂੰ ਚਲੋ ਹੁਣ ਮੈਂ ਛੱਡਿਆ ਨਾ ਤੁਹਾਨੂੰ ਜਿਹਨਾਂ ਨਾਲ ਰਿਸ਼ਤਾ ਤੱਕ ਨਾ ਤੁਹਾਡਾ ਦਿਲ ਹੀ ਨਹੀਂ ਲੱਗੇਗਾ ਉਹਨਾਂ ਤੋਂ ਬਿਨਾਂ ਤੁਹਾਡਾ ਦਿਲ ਹੀ ਕਰਦਾ ਰਹੇਗਾ ਮੈਂ ਬੈਠਾ ਉਹਦੇ ਨਾਲ ਚਲੋ ਭੈਣੇ ਆ ਜਾਓ ਬੈਠ ਕੇ ਪਕੌੜੇ ਖਾ ਲੈਂਦੇ ਹਾਂ ਚਲੋ ਭਾਈ ਆ ਜਾਓ ਆਪਾਂ ਕੁਛ ਆਹ ਕਰ ਲੈਂਦੇ ਹਾਂ ਚਲੋ ਅੱਜ ਆਪਾਂ ਇਕੱਠੇ ਬਹਿ ਕੇ ਗੀਤ ਗਾਉਂਦੇ ਹਾਂ ਚਲੋ ਆਪਾਂ ਪ੍ਰੇਅਰਾਂ ਇਕੱਠੀਆਂ ਕਰ ਲਈਏ ਬਸ ਮੈਂ ਤਾਂ ਉੱਦਾਂ ਲੰਘ ਰਿਹਾ ਸੀਗਾ ਇੱਧਰ ਦੀ ਮੇਰਾ ਦਿਲ ਕੀਤਾ ਵੀ ਚਲੋ ਆ ਕੇ ਸਾਰਿਆਂ ਨੂੰ ਝਾਤ ਕਰ ਦੇਈਏ ਯਾਨੀ ਕਿ ਜਿਹਦੇ ਨਾਲ ਤੁਹਾਡਾ ਰਿਸ਼ਤਾ ਚੰਗਾ ਉਹਦੇ ਨਾਲ ਤੁਹਾਡਾ ਬੋਲਣ ਨੂੰ ਦਿਲ ਕਰੂਗਾ ਨਾਲੇ ਤੁਹਾਡਾ ਉਹਨੂੰ ਸੁਣਨ ਨੂੰ ਦਿਲ ਕਰੂਗਾ ਹਾਈ ਮੇਰਾ ਦਿਲ ਕਰਦਾ ਭੈਣੇ ਤੇਰੀ ਗੱਲਾਂ ਸੁਣੀ ਜਾਵਾ ਕਿੰਨੀਆਂ ਸੋਹਣੀਆਂ ਗੱਲਾਂ ਨੇ ਤੇਰੀਆਂ ਰਿਸ਼ਤਾ ਸੋਹਣਾ ਆ ਤਾਲੁਕਾਤ ਵਧੀਆ ਨੇ ਜਦੋਂ ਰਿਸ਼ਤਾ ਅਤੇ ਤਾਲੁਕਾਤ ਵਧੀਏ ਹੋਣ ਉਦੋਂ ਗੱਲਾਂ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ ਐਵੇਂ ਬਿਲਕੁਲ ਉਸੇ ਤਰੀਕੇ ਦੇ ਨਾਲ ਪ੍ਰਾਪਤ ਬਣੋ ਜਦੋਂ ਰੱਬ ਦੇ ਨਾਲ ਆਪਣਾ ਰਿਸ਼ਤਾ ਪੈ ਗਿਆ ਵਧੀਆ ਹੋ ਗਿਆ ਰੱਬ ਨੇ ਸਾਡੇ ਪਾਪ ਮਾਫ ਕਰਤੇ ਰੱਬ ਨੇ ਸਾਨੂੰ ਧੋ ਦਿੱਤਾ ਆਹ ਫਿਰ ਸੁਣੋ ਰੱਬ ਦੀਆਂ ਗੱਲਾਂ ਤੁਹਾਡਾ ਦਿਲ ਕਰਦੇਗਾ ਵਚਨ ਸੁਣੀ ਜਾਵਾਂ ਤੁਹਾਡਾ ਦਿਲ ਕਰੇਗਾ ਵਚਨ ਪੜ੍ਹੀ ਜਾਵਾਂ ਰੱਬ ਦੀਆਂ ਗੱਲਾਂ ਸੁਣੀ ਜਾਵਾਂ ਰੱਬ ਦੇ ਬੋਲ ਦੇਖ ਸੁਣੀ ਜਾਵਾਂ ਰੱਬ ਦੇ ਨਾਲ ਗੱਲਾਂ ਬਾਤਾਂ ਕਰੀ ਜਾਵਾਂ ਦਿਲ ਹੀ ਨਹੀਂ ਭਰਦਾ ਪਾਸਟਰ ਜੀ ਬਾਈਬਲ ਪੜ੍ਹ ਪੜ੍ਹ ਕੇ ਕਿੰਨੀ ਵਾਰ ਤਾਂ ਪੜ੍ਹ ਲਏਗੀ ਆ ਬਾਰ ਬਾਰ ਜਿਉਂ ਜਿਉਂ ਬਾਈਬਲ ਪੜ੍ਹਦੇ ਹਾਂ ਦਿਲ ਹੀ ਨਹੀਂ ਕਰਦਾ ਬਾਈਬਲ ਨੂੰ ਛੱਡੀਏ ਦਿਲ ਹੀ ਨਹੀਂ ਕਰਦਾ ਰੱਬ ਦੇ ਨਾਲ ਕਈ ਭੈਣ ਭਰਾ ਕਹਿੰਦੇ ਨੇ ਰੱਬ ਦੇ ਨਾਲ ਗੱਲਾਂ ਕਰਨ ਤੋਂ ਬਸ ਰੱਬ ਦੀਆਂ ਗੱਲਾਂ ਸੁਣੀ ਜਾਈਏ ਰੱਬ ਦੀਆਂ ਗੱਲਾਂ ਕਰੀ ਜਾਈਏ ਰੱਬ ਦੇ ਬਾਰੇ ਦੂਜਿਆਂ ਨੂੰ ਦੱਸੀ ਜਾਈਏ ਇਹ ਹਾਲ ਹੋ ਜਾਂਦਾ ਪ੍ਰਭੂ ਸਭਾ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੇ ਤਾਲੁਕਾਤ ਦੇ ਵਿੱਚ ਤਕੜੇ ਹੋ ਜਾਂਦੇ ਹੈਗੇ ਨੇ ਵੱਧਦੇ ਹੈਗੇ ਨੇ ਪਰਮੇਸ਼ੁਰ ਦੇ ਤਾਲੁਕਾਤ ਦੇ ਵਿੱਚ ਐਵੇਂ ਸੋ ਮੈਂ ਤੁਹਾਡੇ ਨੂੰ ਤੁਹਾਨੂੰ ਦੱਸਾਂਗਾ ਅੱਜ ਵੱਖਰੇ ਵੱਖਰੇ ਤਰੀਕੇ ਨੇ ਕਈ ਜਿਹਨਾਂ ਦੇ ਨਾਲ ਰੱਬ ਗੱਲਬਾਤ ਕਰਦਾ ਆ ਇਹ ਕਹਿੰਦੇ ਬਸ ਜੀ ਸਾਡੇ ਨਾਲ ਰੱਬ ਨੇ ਗੱਲ ਨਹੀਂ ਕੀਤੀ ਕਿਸ ਤਰ੍ਹਾਂ ਰੱਬ ਤੁਹਾਡੇ ਨਾਲ ਗੱਲ ਕਰਦਾ ਪ੍ਰਭੂ ਸਭਾ ਰੱਬ ਉਹ ਆਦਮ ਤੇ ਹਵਾ ਤੋਂ ਲੈ ਕੇ ਪਹਿਲੇ ਬੰਦੇ ਜਿਹੜੇ ਰੱਬ ਨੇ ਬਣਾਏ ਆਦਮ ਤੇ ਹਵਾ ਦੇ ਰੱਬ ਆਦਮ ਤੇ ਹਵਾ ਨਾਲ ਗੱਲ ਕਰ ਰਿਹਾ ਆਖਰੀ ਬੰਦਾ ਬਾਈਬਲ ਦਾ ਜਹਾਨਾ ਚੇਲਾ ਜਿਹੜਾ ਸੀਗਾ ਰੱਬ ਉਹਦੇ ਨਾਲ ਗੱਲ ਕਰ ਰਿਹਾ ਉਹਦੇ ਨਾਲ ਵਿਜ਼ਨਸ ਦੇ ਨਾਲ ਡ੍ਰੀਮਸ ਦੇ ਨਾਲ ਉਹਨਾਂ ਨਾਲ ਗੱਲ ਕਰ ਰਿਹਾ ਤੇ ਉਹਨਾਂ ਨੂੰ ਸਾਰੀ ਪ੍ਰਕਾਸ਼ ਦੀ ਪੋਥੀ ਦਿਖਾ ਰਿਹਾ ਸਾਰੀ ਬਾਈਬਲ ਵਿੱਚ ਜਿੰਨੇ ਵੀ ਰੱਬ ਦੇ ਪੀਰ ਪੈਗੰਬਰ ਗੁਰੂ ਮਹਾਤਮਾ ਹੋਏ ਨੇ ਪਰਮੇਸ਼ੁਰ ਦੇ ਸੇਵਕ ਹੋਏ ਨੇ ਸਾਰਿਆਂ ਨੇ ਰੱਬ ਦੀ ਆਵਾਜ਼ ਸੁਣੀ ਮੂਸਾ ਤੋਂ ਲੈ ਕੇ ਅਬਰਾਮ ਤੋਂ ਲੈ ਕੇ ਦਾਊਦ ਤੋਂ ਲੈ ਕੇ ਬਾਈਬਲ ਦੇ ਵਿੱਚ ਤੁਸੀਂ ਮਤੀ ਮਰਕਜ਼ ਲੂਕਾ ਜਹਾਨਾ ਦੇਖ ਲਓ ਜਿੰਨੇ ਵੀ ਚੇਲੇ ਤੋਮਸ ਵਰਗੇ ਜਿੰਨੇ ਵੀ ਚੇਲੇ ਪੁਰਾਣੇ ਨੇਮ ਚ ਨਵੇਂ ਨੇਮ ਦੇ ਵਿੱਚ ਜਿਹਨੇ ਰਾਜਾ ਹੋਏ ਨੇ ਜਿਹਨੇ ਪੁਰੋਹਿਤ ਹੋਏ ਨੇ ਰੱਬ ਦੇ ਜਿੰਨੇ ਸੇਵਕ ਸਭ ਦੇ ਨਾਲ ਰੱਬ ਨੇ ਗੱਲ ਕੀਤੀ ਹੁਣ ਕਈ ਲੋਕ ਆ ਕੇ ਕਹਿੰਦੇ ਨੇ ਇਹਨਾਂ ਦਿਨਾਂ ਚ ਨਹੀਂ ਹੁਣ ਜੀ ਰੱਬ ਗੱਲ ਨਹੀਂ ਕਰਦਾ ਕਿਉਂਕਿ ਉਹਦਾ ਲਿਖਿਆ ਹੋਇਆ ਵਚਨ ਚੋਂ ਆ ਗਿਆ ਹੈ ਹੁਣ ਰੱਬ ਨਹੀਂ ਗੱਲ ਕਰਦਾ ਕਿਉਂਕਿ ਹੁਣ ਬਾਈਬਲ ਚੋਂ ਪ੍ਰਿਆਤ ਵਿੱਚ ਆ ਗਈ ਆ ਹੁਣ ਰੱਬ ਨੇ ਗੱਲ ਕਰਕੇ ਕੀ ਲੈਣਾ ਹੈਗਾ ਆਪਣੇ ਨਾਲ ਹੈ ਨਾ ਅੱਛਾ ਵਾਹ ਤੁਹਾਡਾ ਰੱਬ ਗੱਲ ਨਹੀਂ ਕਰਦਾ ਉਹ ਸਾਡਾ ਰੱਬ ਗੱਲ ਕਰਦਾ ਅੱਛਾ ਜੇ ਰੱਬ ਨੇ ਗੱਲ ਹੀ ਨਹੀਂ ਕਰਨੀ ਫਿਰ ਲੋਕਾਂ ਨੂੰ ਕਿਉਂ ਆਪਣਾ ਦਿਲ ਖੋਲ੍ਹ ਕੇ ਪ੍ਰਭੂ ਯਿਸੂ ਮਸੀਹ ਜੀ ਨੂੰ ਆਪਣਾ ਪਰਸਨਲ ਸੇਵੀਅਰ ਯਾਨੀ ਕਿ ਪ੍ਰਭੂ ਯਿਸੂ ਤੁਹਾਡੇ ਦਿਲ ਵਿੱਚ ਇੱਕ ਰਿਸ਼ਤਾ ਕਾਇਮ ਕਰ ਲਏ ਉਹ ਰਿਸ਼ਤਾ ਬਣਾਉਣ ਦੀ ਫਿਰ ਕੀ ਲੋੜ ਹੈਗੀ ਆ ਜਦੋਂ ਰਿਸ਼ਤਾ ਬਣਾਈਦਾ ਲੈ ਪ੍ਰਭੂ ਮੇਰੇ ਦਿਲ 'ਚ ਆਉਂਦਾ ਪ੍ਰਭੂ ਯਿਸੂ ਮੇਰਾ ਮੇਰੇ ਰਿਸ਼ਤਾ ਬਣ ਜਾਏ ਮੇਰਾ ਤੇਰੇ ਨਾਲ ਉਹ ਰਿਸ਼ਤਾ ਕਿੱਦਾਂ ਕਾਇਮ ਰਹਿੰਦਾ ਆ ਗੱਲਾਂ ਬਾਤਾਂ ਦੇ ਨਾਲ ਹੀ ਜਾ ਕੇ ਪ੍ਰਭੂ ਦੀ ਗੱਲਾਂ ਸੁਣੀਏ ਪ੍ਰਭੂ ਦੇ ਨਾਲ ਗੱਲਬਾਤ ਕਰੀਏ ਉੱਥੋਂ ਫਿਰ ਰਿਸ਼ਤਾ ਕਾਇਮ ਰਹਿੰਦਾ ਆ ਅਤੇ ਜੇ ਪ੍ਰਭੂ ਨੇ ਬੋਲਣਾ ਹੀ ਬੰਦ ਕਰਤਾ ਜੇ ਰੱਬ ਨੇ ਬੋਲਣਾ ਹੀ ਬੰਦ ਕਰਤਾ ਤਾਂ ਰਿਸ਼ਤਾ ਕਿਸੇ ਹਾਲਤ ਵਿੱਚ ਕਾਇਮ ਨਹੀਂ ਰਹੇਗਾ ਪ੍ਰਭੂ ਦੇ ਬਣਾਉਣ ਐਮੈਨ ਲੇਕਿਨ ਧੰਨਵਾਦ ਕਰਦੇ ਹੈਗੇ ਕਿ ਪਰਮੇਸ਼ੁਰ ਅੱਜ ਵੀ ਬੋਲਦਾ ਹੈ ਬੋਲਣਾ ਰੱਬ ਦੇ ਲਈ ਇੰਨਾ ਜ਼ਿਆਦਾ ਇੰਪੋਰਟੈਂਟ ਆ ਦੇਖੋ ਸਾਰੀ ਦੁਨੀਆ ਜਿਹੜੀ ਉਹਨੇ ਰਚੀ ਆ ਉਹਨੇ ਆਪਣੇ ਸ਼ਬਦ ਨਾਲ ਬੁਲਾਈ ਆ ਬੋਲ ਕੇ ਬਣਾਈ ਆ ਆਹ ਵੀ ਬਣ ਜਾ ਬਣ ਗਿਆ ਆਹ ਵੀ ਬਣ ਜਾ ਬਣ ਗਿਆ ਉਹ ਵੀ ਬਣ ਜਾ ਬਣ ਗਿਆ ਉਹ ਵੀ ਬਣ ਜਾ ਬਣ ਗਿਆ ਬੋਲ ਕੇ ਬੋਲਣਾ ਉਹਦੇ ਲਈ ਇੰਨਾ ਇੰਪੋਰਟੈਂਟ ਆ ਉਹਨੇ ਆਪਣੇ ਪੁੱਤਰ ਦਾ ਨਾਮ ਵੀ ਸ਼ਬਦ ਰੱਖਤਾ ਸੀਗਾ ਦੇਖੋ ਤੁਸੀਂ ਪਰਮੇਸ਼ੁਰ ਦਾ ਵਚਨ ਆਪਾਂ ਦੱਸਦਾ ਆ ਕਿ ਪਰਮੇਸ਼ੁਰ ਦੇ ਵਾਸਤੇ ਬਹੁਤ ਹੀ ਜ਼ਿਆਦਾ ਹੈਗਾ ਆ ਬੋਲਣਾ ਸੋ ਬਾਈਬਲ ਦੀ ਪਹਿਲੀ ਕਿਤਾਬ ਤੋਂ ਲੈ ਕੇ ਆਖਰੀ ਕਿਤਾਬ ਤੀਕਰ ਬਾਈਬਲ ਭਰੀ ਪਈ ਹੈਗੀ ਆ ਜਿਹਦੇ ਵਿੱਚ ਪਰਮੇਸ਼ੁਰ ਲੋਕਾਂ ਨਾਲ ਗੱਲਬਾਤ ਕਰ ਰਿਹਾ ਹੈਗਾ ਆ ਬੋਲ ਰਿਹਾ ਹੈਗਾ ਲੋਕਾਂ ਦੇ ਨਾਲ ਇਹਦੇ ਨਾਲ ਦੇਖਣ ਵਾਲੀ ਗੱਲ ਹੈਗੀ ਆ ਪਰਮੇਸ਼ੁਰ ਨੇ ਜਦੋਂ ਆਪਾਂ ਨੂੰ ਬਣਾਇਆ ਉਦੋਂ ਆਪਾਂ ਨੂੰ ਕੰਨ ਵੀ ਦਿੱਤੇ ਨੇ ਅਤੇ ਉਹਨੂੰ ਆਪਣੇ ਆਪ ਮੂੰਹ ਵੀ ਦਿੱਤਾ ਆ ਤਾਂ ਦਿੱਤੇ ਨੇ ਕੰਨ ਆਪਾਂ ਨੂੰ ਦੋ ਨੇ ਵੀ ਅਸੀਂ ਉਹਦੀ ਆਵਾਜ਼ ਸੁਣ ਸਕੀਏ ਤਾਂ ਦਿੱਤਾ ਰੱਬ ਨੇ ਆਪਾਂ ਨੂੰ ਮੂੰਹ ਤਾਂ ਕਿ ਆਪਾਂ ਉਹਦੇ ਨਾਲ ਗੱਲਬਾਤ ਕਰ ਸਕੀਏ
ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਪਰਮੇਸ਼ਰ ਨੇ ਜੋ ਇਨਸਾਨ ਨੂੰ ਬਣਾਇਆ ਸੀ ਉਹਨੇ ਆਪਣੇ ਸਵਰੂਪ ਚ ਬਣਾਇਆ ਸੀ, ਯਾਨੀ ਕਿ ਆਪਣੇ ਸਵਰੂਪ ਵਿੱਚ, ਤਾਂ ਕਿ ਇਨਸਾਨ ਰੱਬ ਦੀ ਆਵਾਜ਼ ਨੂੰ ਸੁਣ ਸਕੇ ਤੇ ਅੰਡਰਸਟੈਂਡ ਕਰ ਸਕੇ ਤੇ ਇਨਸਾਨ ਰੱਬ ਦੇ ਨਾਲ ਗੱਲ ਕਰ ਸਕੇ। ਦੇਖੋ ਤੁਸੀਂ, ਤਾਂ ਹੀ ਪਰਮੇਸ਼ਰ ਨੇ ਆਪਾਂ ਨੂੰ ਓਦਾਂ ਦੇ ਕੰਨ ਦਿੱਤੇ ਨੇ, ਓਦਾਂ ਦਾ ਮੂੰਹ ਦਿੱਤਾ, ਤਾਂ ਕਿ ਆਪਾਂ ਉਹਦੇ ਨਾਲ ਸੰਪਰਕ ਪੈਦਾ ਕਰ ਸਕੀਏ, ਤਾਲੁਕਾਤ ਪੈਦਾ ਕਰ ਸਕੀਏ। ਸੋ ਪਹਿਲੇ ਨੰਬਰ ਦੇ ਬਰਾਬਰ ਮੈਡਮ, ਜਦੋਂ ਆਪਣੇ ਤਾਲੁਕਾਤ ਦੀ ਗੱਲ ਹੁੰਦੀ ਹੈ, ਰਿਲੇਸ਼ਨਸ਼ਿਪ ਦੀ ਗੱਲ ਹੁੰਦੀ ਆ, ਕਿ ਕਿਸ ਤਰ੍ਹਾਂ ਆਪਣੇ ਤਾਲੁਕਾਤ ਤਕੜੇ ਹੁੰਦੇ ਹੈਗੇ ਨੇ ਤੇ ਕਿਸ ਤਰ੍ਹਾਂ ਰਿਲੇਸ਼ਨਸ਼ਿਪ ਥਾਈਂ ਦੀ, ਤਾਲੁਕਾਤ ਥਾਈਂ ਦੀ ਆਪਾਂ ਰੱਬ ਦੀ ਆਵਾਜ਼ ਨੂੰ ਸੁਣ ਸਕਦੇ ਹਾਂ। ਤਾਲੁਕਾਤ ਬਣਾ ਕੇ ਰੱਬ ਦੀ ਆਵਾਜ਼ ਨੂੰ ਕਿੱਦਾਂ ਸੁਣਨਾ ਆ, ਉਹ ਅੱਜ ਆਪਾਂ ਸਟੱਡੀ ਕਰਨ ਜਾ ਰਹੇ ਹਾਂ। ਕਿਸ ਤਰ੍ਹਾਂ ਤਾਲੁਕਾਤ ਥਾਈਂ ਦੀ ਆਪਣਾ ਪਰਮੇਸ਼ੁਰ ਆਪਣੇ ਨਾਲ ਬੋਲਦਾ ਹੈ, ਆਪਣੇ ਨਾਲ ਗੱਲਬਾਤ ਕਰਦਾ ਹੈ। ਪ੍ਰਭੂ ਦੇ ਮਨੋਂ ਕੁਛ ਸਾਲ ਹੋ ਗਏ ਹੈਗੇ ਨੇ, ਮੈਂ ਇੱਕ ਵਚਨ ਸ਼ੇਅਰ ਕੀਤਾ ਸੀਗਾ ਤੁਹਾਡੇ ਨਾਲ, ਜਿਹਦੇ ਵਿੱਚ ਮੈਂ ਦੱਸਿਆ ਸੀਗਾ ਕਿ ਪਰਮੇਸ਼ੁਰ ਵੱਖਰੇ ਵੱਖਰੇ ਤਰੀਕੇ ਦੇ ਨਾਲ ਬੋਲਦਾ ਆ। ਪਰਮੇਸ਼ੁਰ ਇਨਸਾਨ ਨੂੰ ਸਰਕਮਸਟਾਂਸਿਸ ਥਾਈਂ ਦੀ ਬੋਲਦਾ, ਪਰਮੇਸ਼ੁਰ ਇਨਸਾਨ ਨੂੰ ਕੌਂਸਲ ਥਾਈਂ ਦੀ ਬੋਲਦਾ। ਕੋਈ ਬੰਦਾ ਆ ਕੇ ਤੁਹਾਨੂੰ ਕੌਂਸਲ ਕਰਦਾ ਹੈ, ਕੋਈ ਬੰਦਾ ਤੁਹਾਡੇ ਨਾਲ ਗੱਲਬਾਤ ਕਰ ਰਿਹਾ, ਹੋ ਸਕਦਾ ਰੱਬ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹੋਵੇ। ਪਰਮੇਸ਼ੁਰ ਸ਼ਾਂਤੀ ਥਾਈਂ ਜੀ ਤੁਹਾਡੇ ਨਾਲ ਗੱਲਬਾਤ ਕਰਦਾ ਤੁਹਾਡੇ ਦਿਲ ਵਿੱਚ, ਪਰਮੇਸ਼ੁਰ ਲੋਕਾਂ ਥਾਈਂ ਤੁਹਾਡੇ ਨਾਲ ਗੱਲ ਕਰਦਾ ਤੁਹਾਡੇ ਦਿਲ ਵਿੱਚ, ਪਰਮੇਸ਼ੁਰ ਡ੍ਰੀਮਸ ਥਾਈਂ ਦੀ ਗੱਲਬਾਤ ਕਰਦਾ, ਪਰਮੇਸ਼ੁਰ ਵਿਜ਼ਨਸ ਥਾਈਂ ਦੀ ਗੱਲਬਾਤ ਕਰਦਾ, ਪਰਮੇਸ਼ੁਰ ਆਪਣੀਆਂ ਸੋਚਾਂ ਥਾਈਂ ਦੀ ਆਪਣੇ ਨਾਲ ਗੱਲਬਾਤ ਕਰਦਾ, ਅਤੇ ਪਰਮੇਸ਼ੁਰ ਜਿਹੜੇ ਨੈਚੁਰਲ ਮੈਨੀਫੈਸਟੇਸ਼ਨਸ ਨੇ ਉਹਨਾਂ ਨਾਲ ਵੀ ਤੁਹਾਡੇ ਨਾਲ ਗੱਲਬਾਤ ਕਰੇਗਾ। ਨੈਚੁਰਲ ਚੀਜ਼ਾਂ ਹੋ ਜਾਂਦੀਆਂ ਨੇ, ਮੈਨੀਫੈਸਟੇਸ਼ਨ ਜਿਹੜੀਆਂ ਹੁੰਦੀਆਂ ਨੇ ਗੱਲ ਕਰਦਾ, ਅਤੇ ਪਰਮੇਸ਼ੁਰ ਦੀਆਂ ਸੁਪਰ ਨੈਚੁਰਲ ਮੈਨੀਫੈਸਟੇਸ਼ਨਸ ਨੇ ਉਹਨਾਂ ਨਾਲ ਵੀ ਗੱਲ ਕਰਦਾ। ਕੋਈ ਦੂਤ ਆ ਗਿਆ, ਤੁਸੀਂ ਵਿਜ਼ਨ ਦੇਖ ਰਹੇ ਹੈਗੇ ਹੋ, ਪ੍ਰੋਫੈਟਿਕਲੀ ਕਹਿ ਲਓ ਤੁਸੀਂ, ਜਿਹਨੇ ਵੀ ਗਿਫਟ ਆ ਗਏ ਹੈਗੇ ਨੇ, ਜਰਨਸਿਟੀ ਆਫ ਟੰਗਸ ਆ ਗਏ ਨੇ, ਇੰਟਰਪ੍ਰਿਟੇਸ਼ਨ ਆ ਗਿਆ ਹੈਗਾ ਆ, ਪ੍ਰੋਫੈਟਿਕ ਥਰੂ ਪਰਮੇਸ਼ੁਰ ਨਾਲ ਗੱਲ ਕਰ ਸਕਦਾ, ਅਤੇ ਪਰਮੇਸ਼ੁਰ ਇੱਕ ਮਿੱਠੀ ਆਵਾਜ਼ ਨਾਲ ਵੀ ਤੁਹਾਡੇ ਨਾਲ ਗੱਲ ਕਰ ਸਕਦਾ ਹੈ, ਅਤੇ ਸਭ ਤੋਂ ਵੱਧ ਕੇ ਪਰਮੇਸ਼ੁਰ ਆਪਣੇ ਬਚਨ ਦੇ ਨਾਲ, ਯਾਨੀ ਕਿ ਬਾਈਬਲ ਦੇ ਨਾਲ ਤੁਹਾਡੇ ਨਾਲ ਗੱਲ ਕਰਦਾ ਆ, ਬਾਈਬਲ ਥਾਈਂ ਤੁਹਾਡੇ ਨਾਲ ਗੱਲ ਕਰਦਾ। ਲੇਕਿਨ ਅੱਜ ਜਿਹੜੀ ਆਪਾਂ ਚੀਜ਼ ਦੇਖ ਰਹੇ ਹੈਗੇ ਹਾਂ, ਵੀ ਪਰਮੇਸ਼ੁਰ ਕਿੱਦਾਂ ਤਾਲੁਕਾ ਥਾਈਂ ਜੀ ਤੁਹਾਡੇ ਨਾਲ ਗੱਲ ਕਰਦਾ, ਅਤੇ ਤਾਲੁਕਾ ਤੋਂ ਵਧਾਉਣਾ ਤਾਂ ਹੀ ਬਹੁਤ ਜ਼ਰੂਰੀ ਆ। ਸੋ ਪ੍ਰਭੂ ਦੇ ਮਨ, ਪਹਿਲੇ ਨੰਬਰ 'ਤੇ ਆਪਾਂ ਦੇਖਾਂਗੇ ਕਿ ਤਾਲੁਕਾ ਤਾਂ ਜਿਹੜਾ ਉਹ ਇਨਸਾਨ ਦਾ ਸਭ ਤੋਂ ਵੱਡਾ ਮਕਸਦ ਹੋਣਾ ਚਾਹੀਦਾ ਰੱਬ ਦੇ ਨਾਲ, ਕਿ ਮੇਰਾ ਜਦੋਂ ਪੁੱਛੇ ਹਰ ਤਰ੍ਹਾਂ ਸਭ ਤੋਂ ਵੱਡਾ ਮਕਸਦ ਕੀ ਆ, ਮੇਰਾ ਮਕਸਦ ਆ ਕਿ ਮੇਰਾ ਰੱਬ ਦੇ ਨਾਲ ਤਾਲੁਕਾਤ ਬਹੁਤ ਸਟਰੋਂਗ ਹੋ ਜਾਵੇ, ਵਾਹ, ਮੇਰਾ ਰਿਲੇਸ਼ਨਸ਼ਿਪ ਰੱਬ ਦੇ ਨਾਲ ਬਹੁਤ ਚੰਗਾ ਹੋ ਜਾਵੇ, ਵਾਹ, ਮੈਂ ਅਤੇ ਰੱਬ ਅਸੀਂ ਚੰਗੇ ਦੋਸਤ ਬਣ ਜਾਈਏ, ਵਾਹ, ਰੱਬ ਅਤੇ ਮੈਂ ਇੱਕ ਦੂਜੇ ਦੇ ਨੇੜੇ ਨੇੜੇ ਨੂੰ ਹੋ ਜਾਈਏ, ਵਾਹ, ਆਮੇਨ। ਵੈਲ, ਪਰਮੇਸ਼ੁਰ ਤਾਂ ਆਲਰੇਡੀ ਸਵਰਗ ਛੱਡ ਕੇ ਇੰਨੀ ਦੂਰੋਂ ਆਇਆ ਧਰਤੀ 'ਤੇ, ਇੰਨਾ ਨੇੜੇ ਹੋ ਗਿਆ ਆਪਣੇ, ਆਪਾਂ ਤੋਂ ਹੀ ਨਹੀਂ ਹੁਣ ਰੱਬ ਤੋਂ ਨੇੜੇ ਹੋਇਆ ਜਾਂਦਾ, ਕਿਉਂਕਿ ਰੱਬ ਜਿਹੜਾ ਹੈਗਾ ਆ ਉਹ ਤਾਂ ਬਹੁਤ ਜ਼ਿਆਦਾ ਆਪਣੇ ਕਰੀਬ ਆ, ਬਹੁਤ ਜ਼ਿਆਦਾ ਆਪਣੇ ਨੇੜੇ ਆ, ਹੈ ਨਾ। ਲੇਕਿਨ ਉਹ ਆਪਾਂ ਵੀ ਕੋਸ਼ਿਸ਼ ਕਰੀਏ ਅਤੇ ਪਰਮੇਸ਼ੁਰ ਦੇ ਨੇੜੇ ਹੋਣ ਦੀ ਪੂਰੀ ਕੋਸ਼ਿਸ਼ ਕਰੀਏ। ਸੋ ਸਭ ਤੋਂ ਵੱਡਾ ਮਕਸਦ ਜਿਹੜਾ ਹੈਗਾ ਆਪਣਾ ਹੈ, ਜਨਸ ਦੀ ਕਿਤਾਬ ਦੇ ਵਿੱਚ ਜਾਵਾਂਗੇ, ਉਹਦਾ ਤੀਸਰਾ ਚੈਪਟਰ ਖੋਲਾਂਗੇ ਅਤੇ ਆਪਾਂ 8ਵੇਂ ਵਰਸ ਤੋਂ ਲੈ ਕੇ 10ਵੇਂ ਵਰਸ ਤੱਕ ਪੜ੍ਹਨ ਜਾਵਾਂਗੇ। ਸੋ ਵਿੱਚ ਵਿੱਚ ਆਪਾਂ ਇਹਨੂੰ ਥੋੜ੍ਹਾ ਸਟੋਪ ਵੀ ਕਰਾਂਗੇ ਸ਼ਾਇਦ। ਸੋ ਯਾਦ ਹੋਏਗਾ ਕਿ ਪਹਿਲਾਂ ਪਰਮੇਸ਼ੁਰ ਦਾ ਵਚਨ ਕਹਿੰਦਾ ਹੈ ਕਿ ਪਹਿਲਾਂ ਰੱਬ ਆਦਮ ਦੇ ਨਾਲ, ਹਵਾ ਦੇ ਨਾਲ ਬਾਗ ਦੇ ਵਿੱਚ ਸੈਰ ਕਰਦਾ ਹੁੰਦਾ ਸੀ ਅਤੇ ਨਾਲੇ ਗੱਲਬਾਤ ਕਰਦੇ ਹੁੰਦੇ ਸੀ। ਆਦਮ ਦੇ ਨਾਲ ਰੱਬ ਚੱਲਦਾ ਹੁੰਦਾ ਸੀ ਬਾਗ ਦੇ ਵਿੱਚ ਅਤੇ ਨਾਲ ਗੱਲਬਾਤ ਕਰਦੇ ਹੁੰਦੇ ਸੀਗੇ, ਦੇਖੋ ਤੁਸੀਂ, ਵਾਹ। ਲੇਕਿਨ ਜਦੋਂ ਬਾਅਦ ਵਿੱਚ ਆਦਮ ਅਤੇ ਹਵਾ ਨੇ ਪਾਪ ਕਰ ਲਿਆ, ਪਾਪ ਕਰਨ ਤੋਂ ਬਾਅਦ ਉਹ ਰਿਸ਼ਤਾ ਟੁੱਟ ਗਿਆ। ਜਦੋਂ ਉਹ ਰਿਸ਼ਤਾ ਟੁੱਟ ਗਿਆ, ਉਦੋਂ ਪਹਿਲੀ ਵਾਰ ਆਦਮ ਦੇ ਦਿਲ ਵਿੱਚ ਡਰ ਆ ਗਿਆ ਅਤੇ ਜਾ ਕੇ ਉਹ ਲੁਕ ਗਏ। ਜਦੋਂ ਲੁਕ ਜਾਂਦੇ ਨੇ ਜਾ ਕੇ, ਤਾਂ ਰੱਬ ਆ ਕੇ ਉਹਨਾਂ ਨੂੰ ਪੁੱਛਦਾ ਆ ਕਿ ਬਈ ਤੁਸੀਂ ਕੀ ਕਰੀ ਜਾਂਦੇ ਹੋ ਇੱਥੇ ਲੁਕੇ ਹੋਏ? ਕਹਿੰਦੇ ਅਸੀਂ ਤੁਹਾਡੀ ਆਵਾਜ਼ ਨੂੰ ਸੁਣਿਆ ਅਤੇ ਅਸੀਂ ਡਰ ਗਏ ਅਤੇ ਅਸੀਂ ਡਰ ਕੇ, ਸਾਨੂੰ ਡਰ ਲੱਗਿਆ ਅਤੇ ਅਸੀਂ ਆ ਕੇ ਲੁਕ ਗਏ। ਯਾਨੀ ਕਿ ਪਰਮੇਸ਼ੁਰ ਦੀ ਆਵਾਜ਼ ਨੂੰ ਸੁਣ ਕੇ ਡਰ ਗਏ। ਪਹਿਲਾਂ ਨਹੀਂ ਸੁਣਦੇ ਸੀ ਪਰਮੇਸ਼ੁਰ ਦੀ ਆਵਾਜ਼? ਪਹਿਲਾਂ ਵੀ ਸੁਣਦੇ ਸੀ ਪਰਮੇਸ਼ੁਰ ਦੀ ਆਵਾਜ਼, ਪਹਿਲਾਂ ਨਹੀਂ ਡਰ ਲੱਗਦਾ ਸੀ ਕਿਉਂਕਿ ਪਹਿਲਾਂ ਪਾਪ ਹੈ ਨਹੀਂ ਸੀ। ਪਾਪ ਆ ਜਿਹੜਾ ਉਹ ਇਨਸਾਨ ਨੂੰ ਪਰਮੇਸ਼ੁਰ ਤੋਂ ਦੂਰ ਖਿੱਚਣ ਦੀ ਕੋਸ਼ਿਸ਼ ਕਰਦਾ, ਪਰਮੇਸ਼ੁਰ ਤੋਂ ਲੁਕਾਉਣ ਦੀ ਕੋਸ਼ਿਸ਼ ਕਰਦਾ। ਜਿਹਨਾਂ ਜਿਹਨਾਂ ਜ਼ਿੰਦਗੀਆਂ 'ਚ ਪਾਪ ਆ, ਉਹ ਆਪ ਲੁਕਾਉਣ ਦੀ ਕੋਸ਼ਿਸ਼ ਕਰੇਗਾ, ਉਹ ਆਪ ਵੀ ਪਰਮੇਸ਼ੁਰ ਦੇ ਵੱਲ ਨੂੰ ਨਹੀਂ ਆਉਣਾ ਚਾਹੇਗਾ, ਨਾ ਉਹ ਚਾਹੇਗਾ ਕਿ ਉਹਦੇ ਦੋਸਤ ਮਿੱਤਰ ਵੀ ਪਰਮੇਸ਼ੁਰ ਦੇ ਨੇੜੇ ਆ ਜਾਣ।
ਨਾਲੇ ਉਹ ਇਹ ਵੀ ਨਹੀਂ ਚਾਹੇਗਾ ਕਿ ਉਹਦਾ ਰਿਸ਼ਤੇਦਾਰ ਪਰਮੇਸ਼ਰ ਦੇ ਨੇੜੇ ਆ ਜਾਣ। ਕਿਉਂ? ਕਿਉਂਕਿ ਉਹ ਆਪ ਪਾਪ ਦੇ ਵਿੱਚ ਆ ਤੇ ਪਾਪ ਜਿਹੜਾ ਆ ਉਹ ਆਵਾ ਉਸ ਨੂੰ ਤੇ ਉਹਦੇ ਸਾਰੇ ਦੋਸਤ ਮਿੱਤਰਾਂ ਨੂੰ ਵੀ ਪਰਮੇਸ਼ਰ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ। ਆਓ ਪੜਾਂਗੇ ਆਪਾਂ ਧਿਆਨ ਦੇਣਾ ਜੈਨੇਸਿਸ ਚੈਪਟਰ 3 ਵਰਸ 8 ਟੂ 10। ਜੀ ਹਾਂ, ਸਾਂਝ ਵੇਲੇ ਉਹਨਾਂ ਦੋਹਾਂ ਆਦਮੀ ਅਤੇ ਔਰਤ ਨੇ ਪ੍ਰਭੂ ਪਰਮੇਸ਼ਰ ਦੇ ਬਾਗ ਵਿੱਚ ਚੱਲਣ ਦੀ ਆਵਾਜ਼ ਸੁਣੀ। ਤਦ ਉਹਨਾਂ ਨੇ ਆਪਣੇ ਆਪ ਨੂੰ ਬਾਗ ਦੇ ਰੁੱਖਾਂ ਵਿੱਚ ਪਰਮੇਸ਼ਰ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਆਵਾਜ਼ ਦੇ ਕੇ ਪੁੱਛਿਆ, ਤੂੰ ਕਿੱਥੇ ਹੈ? ਆਦਮੀ ਨੇ ਉੱਤਰ ਦਿੱਤਾ, ਮੈਂ ਬਾਗ ਦੇ ਵਿੱਚ ਤੇਰੇ ਚੱਲਣ ਦੀ ਆਵਾਜ਼ ਸੁਣ ਕੇ ਡਰ ਗਿਆ, ਕਿਉਂਕਿ ਮੈਂ ਨੰਗਾ ਹਾਂ, ਇਸ ਲਈ ਮੈਂ ਆਪਣੇ ਆਪ ਨੂੰ ਲੁਕਾਇਆ ਹੈ। ਪਾਪ ਆ ਜਿਹੜਾ ਉਹ ਇਨਸਾਨ ਨੂੰ ਰੱਬ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੇਗਾ, ਰੱਬ ਦਾ ਤਾਲੁਕਾ ਤੋੜਨ ਦੀ ਕੋਸ਼ਿਸ਼ ਕਰੇਗਾ। ਲੇਕਿਨ ਧੰਨਵਾਦ ਕਰਦੇ ਹੈਗੇ ਹਾਂ ਕਿ ਪ੍ਰਭੂ ਯਿਸੂ ਮਸੀਹ ਜੀ ਉਹ ਤਾਲੁਕਾਤ ਜੋੜਨ ਵਾਸਤੇ ਆਏ ਨੇ। ਆਮੇਨ। ਹੁਣ ਜੇ ਪ੍ਰਭੂ ਯਿਸੂ ਮਸੀਹ ਜੀ ਸਵਰਗਾਂ ਤੋਂ ਆਏ ਨੇ ਨਾ, ਉਹ ਤਾਲੁਕਾਤ ਜੋੜਨ ਵਾਸਤੇ ਆਏ ਨੇ। ਜਦੋਂ ਤਾਲੁਕਾਤ ਜੋੜਨ ਦੀ ਗੱਲ ਕਰਦੇ ਹੈਗੇ ਹਾਂ ਆਪਾਂ, ਉੱਥੇ ਆਪਾਂ ਗੱਲ ਕਰਦੇ ਹੈਗੇ ਹਾਂ ਕਿ ਇਨਸਾਨ ਨੂੰ ਰੱਬ ਨਾਲ ਜੋੜਨ ਦੀ, ਉੱਥੇ ਰੈਸਟੋਰੇਸ਼ਨ ਦੀ ਜਦੋਂ ਗੱਲ ਹੁੰਦੀ ਆ, ਉੱਥੇ ਕਿਹੜੀ ਚੀਜ਼ ਦੀ ਗੱਲ ਹੋਗੀ? ਗੱਲ ਹੋਗੀ ਕਿ ਰੱਬ ਦੀ ਆਵਾਜ਼ ਨੂੰ ਜੋੜਨ ਦੀ। ਆਮੇਨ। ਯਾਨੀ ਕਿ ਜਿੰਨਾ ਜ਼ਿਆਦਾ ਤਾਲੁਕਾ ਤੁਹਾਡਾ ਹੋਏਗਾ ਪ੍ਰਭੂ ਦੇ ਨਾਲ, ਉਨਾ ਜ਼ਿਆਦਾ ਤੁਹਾਡਾ ਰੱਬ ਨਾਲ ਸੁਣਨਾ ਤਕੜਾ ਹੋਵੇਗਾ, ਉਨਾ ਜ਼ਿਆਦਾ ਤੁਹਾਡਾ ਰੱਬ ਦੇ ਨਾਲ ਬੋਲਣਾ ਤਕੜਾ ਹੋਵੇਗਾ। ਆਮੇਨ। ਸੋ ਰੱਬ ਦੇ ਮੈਡਮ, ਹੁਣ ਜਿੱਦਾਂ ਲਾ ਲਓ ਵੀ, ਜਿਸ ਤਰ੍ਹਾਂ ਲਗਾ ਲਓ ਵੀ, ਤੁਹਾਨੂੰ ਪਤਾ ਕਿ ਪਹਿਲਾਂ ਆਪਣੀਆਂ ਪਹਿਲਾਂ ਕਿੰਨਾ ਹੀ ਚਿਰ ਪਹਿਲਾਂ ਜਿਹੜੇ ਫੋਨ ਹੁੰਦੇ ਸੀਗੇ, ਉਹ ਫੋਨਾਂ 'ਚ ਕਾਲਰ ਆਈਡੀਆਂ ਨਹੀਂ ਹੁੰਦੀਆਂ ਸੀ, ਯਾਦ? ਫੋਨ ਆਉਂਦਾ ਸੀ, ਕਿਸੇ ਦਾ ਫੋਨ ਆ ਗਿਆ ਤੇ ਚੱਕ ਲੈਣਾ, ਹਾਂਜੀ ਹੈਲੋ, ਹਾਂਜੀ ਕੌਣ ਬੋਲਦਾ ਜੀ? ਅੱਛਾ ਜਗਰਾਉਣ ਤੋਂ ਬੋਲਦੇ ਹੋ? ਅੱਛਾ ਜੀ, ਹਾਂਜੀ ਕੌਣ ਬੋਲਦਾ? ਅੱਛਾ ਫਲਾਨਾ ਬੋਲਦਾ। ਕਿੱਥੋਂ ਯਾਦ ਹੋ ਗਿਆ? ਹੁਣ ਤੁਸੀਂ ਆਪੇ ਸੋਚੋ, ਫੋਨ ਆਇਆ, ਕਾਲਰ ਆਈਡੀ ਹੈ ਨਹੀਂ, ਮੈਂ ਚੱਕ ਰਿਹਾ ਤੇ ਮੰਮੀ ਦਾ ਫੋਨ ਸੀ, ਤੇ ਮੰਮੀ ਗਾਹਾਂ ਤੋਂ ਬੋਲਣ, ਹਾਂ ਹਾਂ ਬਾਲ ਕੀ ਹਾਲ ਹੈ ਨਾ? ਤੇ ਮੈਂ ਕਿਹਾ ਹੈਲੋ ਕੌਣ ਬੋਲਦਾ ਜੀ? ਮੈਂ ਮੰਮੀ ਬੋਲਦੀ ਹਾਂ। ਮੰਮੀ ਕੌਣ? ਮੌਨ ਕੌਣ? ਮੰਮੀ ਇੱਦਾਂ ਹੋ ਸਕਦਾ ਹੈ? ਨਹੀਂ ਹੋ ਸਕਦਾ, ਕਿਉਂਕਿ ਜਦੋਂ ਮਾਮ ਨੇ ਆਵਾਜ਼ ਦਿੱਤੀ, ਹੈਲੋ, ਹਾਂ ਮਾਮ ਤੁਸੀਂ ਬੋਲ ਰਹੇ ਹੋ? ਅੱਛਾ ਹਾਂਜੀ, ਵਾਹ, ਮੈਂ ਆਵਾਜ਼ ਪਛਾਣ ਲਈ ਸੈਕਿੰਡ ਦੇ ਵਿੱਚ। ਆਮੇਨ। ਕਾਲਰ ਆਈ ਡੀ ਹੋਵੇ ਜਾਂ ਨਾ ਹੋਵੇ, ਆਵਾਜ਼ ਨੂੰ ਤੁਸੀਂ ਪਹਿਚਾਣ ਲੈਂਦੇ ਹੋ। ਤੁਸੀਂ ਕਿਸੇ ਦਾ ਫੋਨ ਚੱਕ ਕੇ ਉਹਦੀ ਆਵਾਜ਼ ਹੀ ਸੁਣ ਕੇ ਕਹਿੰਦੇ ਹੋ, ਵਾਹ ਭੈਣੇ ਤੂੰ ਲਈ ਫੋਨ ਕਰ ਰਹੀ ਹੈ, ਵਾਹ ਵਾਹ ਵਾਕੇ ਤੂੰ ਹੀ ਮੈਂ। ਤੇ ਮਤਲਬ ਕੀ ਕਹਿੰਦਾ, ਜਿਹਦੇ ਨਾਲ ਤੁਸੀਂ ਸਾਲਾਂ ਦੇ ਸਾਲ ਬਤੀਤ ਕੀਤੇ ਹੋਣ, ਜਿਹਦੇ ਨਾਲ ਤੁਸੀਂ ਟਾਈਮ ਸਪੈਂਡ ਕੀਤਾ ਹੋਵੇ, ਜਿਹਦੀ ਆਵਾਜ਼ ਨੂੰ ਤੁਸੀਂ ਸੁਣਿਆ ਹੋਵੇ, ਪੜ੍ਹਿਆ ਹੋਵੇ ਬਾਰ 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 ਬਾਰ। ਪ੍ਰਭੂ ਕਹਿੰਦਾ ਸੀਗਾ, ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਪਹਿਚਾਣਦੀਆਂ ਨੇ ਅਤੇ ਮੇਰੇ ਪਿੱਛੇ ਪਿੱਛੇ ਚੱਲਦੀਆਂ ਨੇ। ਹੁਣ ਜੇ ਜਿਹੜਾ ਬੰਦਾ ਪਰਮੇਸ਼ੁਰ ਦਾ ਵਚਨ ਪੜ੍ਹਦਾ ਆ, ਜਿਹੜਾ ਬੰਦਾ ਪਰਮੇਸ਼ੁਰ ਦੀ ਆਵਾਜ਼ ਨੂੰ ਪਹਿਚਾਣਦਾ ਆ, ਜਦੋਂ ਰੱਬ ਉਹਨੂੰ ਬੋਲੂਗਾ ਨਾ, ਉਹ ਸੈਕਿੰਡ ਦੇ ਵਿੱਚ ਜਾਣੂਗਾ ਵੀ ਰੱਬ ਦੀ ਆਵਾਜ਼ ਆ। ਵਾਹ, ਤੇ ਰੱਬ ਦੀ ਆਵਾਜ਼ ਆ, ਵਾਹ, ਮੈਨੂੰ ਸੁਣ ਲਿਓ, ਐਨ ਕਲੀਅਰਲੀ ਉਹਨੂੰ ਪਤਾ ਲੱਗ ਜਾਏਗਾ ਵੀ ਰੱਬ ਦੀ ਆਵਾਜ਼ ਆ। ਸੋ ਅੱਗੇ ਚਲਾ ਗਏ ਆਪਾਂ। ਸੋ ਪਹਿਲੇ ਨੰਬਰ 'ਤੇ ਜਿਹੜਾ ਪਹਿਲਾ ਮਕਸਦ ਆ, ਕਹਿ ਲਓ ਤੁਸੀਂ ਤਾਲੁਕਾਤ ਬਣਾਉਣ ਦਾ, ਸਭ ਤੋਂ ਵੱਡੀ ਜਿਹੜੀ ਪ੍ਰਾਇਓਰਿਟੀ ਆ ਇਨਸਾਨ ਦੀ, ਸਭ ਤੋਂ ਵੱਡੀ ਪ੍ਰਾਇਓਰਿਟੀ ਇਨਸਾਨ ਦਾ, ਸਭ ਤੋਂ ਵੱਡਾ ਮਕਸਦ ਉਹ ਆ ਤਾਲੁਕਾਤ ਨੂੰ ਮਜ਼ਬੂਤ ਕਰਨਾ। ਅਤੇ ਤਾਲੁਕਾਤ ਮਜ਼ਬੂਤ ਕਿੱਦਾਂ ਹੁੰਦਾ ਆ? ਤਾਲੁਕਾਤ ਮਜ਼ਬੂਤ ਹੁੰਦਾ ਆ ਪ੍ਰਭੂ ਯਿਸੂ ਮਸੀਹ ਜੀ ਕੋਲ ਆ ਕੇ, ਆਪਣੇ ਪਾਪ ਬਖਸ਼ਾ ਕੇ ਅਤੇ ਆਪਣਾ ਰਿਸ਼ਤਾ ਉਹਦੇ ਨਾਲ ਤਕੜਾ ਕਰਕੇ, ਕਾਇਮ ਕਰਕੇ। ਮੈਂ ਜਿੰਨਾ ਜ਼ਿਆਦਾ ਆਪਣਾ ਰਿਸ਼ਤਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਤਕੜਾ ਹੋ ਜਾਏਗਾ, ਕਾਇਮ ਹੋ ਜਾਏਗਾ, ਓਨਾ ਹੀ ਜ਼ਿਆਦਾ ਪ੍ਰਭੂ ਦੇ ਵੱਲੋਂ ਆਪਣਾ ਪਰਮੇਸ਼ੁਰ ਦੇ ਨਾਲ ਆਪਾਂ ਉਹਦੀ ਆਵਾਜ਼ ਨੂੰ ਕਲੀਅਰ ਸੁਣਾਂਗੇ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਪੁਰਾਣੇ ਨੇਮ ਦੇ ਵਿੱਚ ਆਦਮ ਅਤੇ ਹਵਾ ਦੀ ਗੱਲ ਆ, ਅਤੇ ਜਦੋਂ ਆਦਮ ਬਾਗ ਦੇ ਵਿੱਚ ਤੁਰਦਾ ਹੁੰਦਾ ਸੀ ਅਤੇ ਉਦੋਂ ਪਰਮੇਸ਼ੁਰ ਰੱਬ ਆਦਮ ਦੇ ਨਾਲ ਬਾਗ 'ਚ ਤੁਰਦਾ ਹੁੰਦਾ ਸੀ, ਅਤੇ ਕਿ ਜਦੋਂ ਉਹਨੇ ਪਾਪ ਕਰ ਲਿਆ, ਤੁਹਾਨੂੰ ਯਾਦ ਹੋਏਗਾ ਜਦੋਂ ਪਾਪ ਕਰ ਲਿਆ, ਉਹਨਾਂ ਨੂੰ ਬਾਗ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ, ਤੁਹਾਨੂੰ ਯਾਦ ਆ। ਹੁਣ ਨਵੇਂ ਨੇਮ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੂੰ ਸਲੀਬ ਚਾੜ ਦਿੱਤਾ ਜਾਂਦਾ ਆ,
ਤਿੰਨ ਦਿਨ ਤਿੰਨ ਰਾਤਾਂ ਤੋਂ ਬਾਅਦ ਪ੍ਰਭੂ ਯਿਸੂ ਮੁਰਦਿਆਂ ਤੋਂ ਫਿਰ ਜੀ ਉੱਠਦੇ ਨੇ, ਤੇ ਜਦੋਂ ਮੁਰਦਿਆਂ ਨੂੰ ਜੀ ਉੱਠਦੇ ਨੇ ਆ ਕੇ ਪ੍ਰਗਟ ਹੁੰਦੇ ਨੇ, ਪਹਿਲੀ ਦਫਾ ਕਿਹਦੇ ਸਾਹਮਣੇ ਪ੍ਰਗਟ ਹੁੰਦੇ ਨੇ? ਮਰੀਆ ਮਗਦਲੀਨਾ ਦੇ ਸਾਹਮਣੇ ਯਾਰ, ਤੇ ਮਰੀਆ ਮਗਦਲੀਨਾ ਕਿੱਥੇ ਸੀਗੀ? ਬਾਗ ਦੇ ਵਿੱਚ ਸੀਗੀ, ਤੇ ਪ੍ਰਭੂ ਯਿਸੂ ਮਸੀਹ ਕਿੱਥੇ ਆ ਗਏ? ਬਾਗ ਦੇ ਵਿੱਚ ਆ ਗਏ, ਤੇ ਕੀ ਕਰਦੇ ਸੀਗੇ? ਉਹੀ ਜੋ ਆਦਮ ਨਾਲ ਹਵਾ ਤੇ ਆਦਮ ਤੇ ਹਵਾ ਨਾਲ ਕਰ ਰਹੇ ਸੀ, ਗੱਲਾਂ ਕਰ ਰਹੇ ਸੀਗੇ। ਮਰੀਅਮ ਤੇ ਮਗਦਲੀਨਾ ਨੂੰ ਆ ਕੇ, ਮਰੀਆ ਮਗਦਲੀਨਾ ਨੂੰ ਆ ਕੇ ਕਹਿੰਦੇ ਨੇ ਹਾਵੇ ਤੂੰ ਕੀ ਲੱਭ ਰਹੀ ਆ, ਹਨਾ, ਗੱਲਬਾਤ ਕਰਨ ਲੱਗ ਗਏ। ਤੇ ਉਹ ਕਹਿੰਦੀ ਵੀ ਪ੍ਰਭੂ ਏਦਾਂ ਕਰਕੇ ਵੀ ਮੇਰੇ ਉਹਨੇ ਸੋਚਿਆ ਕਿ ਮਾਲੀ ਆ ਵੀ ਮੇਰੇ ਪ੍ਰਭੂ ਨੂੰ ਉਹਦੇ ਸਰੀਰ ਨੂੰ ਕਿਸੇ ਪਾਸੇ ਲੈ ਕੇ ਹੈਗੇ ਨੇ, ਜੇ ਤੁਸੀਂ ਦੇਖਿਆ ਤਾਂ ਦੱਸੋ, ਥੋੜ੍ਹਾ ਜਿਹਾ ਖਲੂ ਦੇ ਦਿਓ, ਹਨਾ। ਤੇ ਪ੍ਰਭੂ ਨੇ ਆਖਿਆ, ਮਰੀਅਮ ਆਖਿਆ ਪ੍ਰਭੂ ਨੇ, ਜਦੋਂ ਇਹ ਸੁਣਿਆ ਮਰੀਅਮ ਮਗਦਲੀਨਾ ਨੇ, ਤੇ ਉਹਨੇ ਆਖਿਆ ਰਬੋਨੀ, ਮਤਲਬ ਆਪਣੇ ਟੀਚਰ ਮਾਸਟਰ, ਉਹ ਅੱਜ ਪਹਿਚਾਣ ਲਿਆ। ਦੇਖਣ ਵਾਲੀ ਗੱਲ ਹੈਗੀ ਆ ਵੀ ਦੁਬਾਰਾ ਫਿਰ ਬਾਗ ਦੇ ਵਿੱਚ ਹੀ, ਉਸ ਹੀ ਬਾਗ ਦੇ ਵਿੱਚ ਜਦੋਂ ਰੱਬ ਆਦਮ ਤੇ ਹਵਾ ਨਾਲ ਗੱਲਬਾਤ ਕਰ ਰਿਹਾ ਸੀ, ਹੁਣ ਇੱਥੇ ਬਾਗ ਦੇ ਵਿੱਚ ਰੱਬ ਦੁਬਾਰਾ ਫਿਰ ਮਰੀਅਮ ਮਗਦਲੀਨਾ ਦੇ ਨਾਲ ਗੱਲਬਾਤ ਕਰ ਰਿਹਾ ਹੈਗਾ ਆ। ਕਹਿਣ ਦਾ ਮਤਲਬ ਕਿ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਨੇ ਉਹ ਪੁਰਾਣੀ ਚੀਜ਼ ਜਿਹੜੀ ਟੁੱਟੀ ਸੀਗੀ ਇਨਸਾਨ ਦੇ ਵਿੱਚੋਂ, ਜਿਹੜੀ ਪਾਕ ਨੂੰ ਛੱਡ ਕੇ ਚਲੀ ਗਈ ਸੀ, ਜਿਹੜੀ ਰੱਬ ਦੀ ਆਵਾਜ਼ ਛੱਡ ਕੇ ਚਲੀ ਗਈ ਸੀ, ਜਿਹੜਾ ਰੱਬ ਦਾ ਬੋਲਣਾ ਛੱਡ ਕੇ ਚਲਿਆ ਗਿਆ ਸੀ, ਉਹ ਰਿਸਟੋਰ ਕਰ ਦਿੱਤਾ ਹੈਗਾ ਦੁਬਾਰਾ। ਯਾਨੀ ਕਿ ਹੁਣ ਇਨਸਾਨ ਆਪਣੇ ਦਿਲ ਵਿੱਚ ਪ੍ਰਭੂ ਯਿਸੂ ਨੂੰ ਸਵੀਕਾਰ ਕਰਕੇ ਪਵਿੱਤਰ ਆਤਮਾ ਨੂੰ ਲੈ ਕੇ ਰਿਸ਼ਤਾ ਰੱਬ ਦੇ ਨਾਲ ਕਾਇਮ ਕਰ ਸਕਦਾ ਆ, ਤਕੜਾ ਕਰ ਸਕਦਾ ਆ, ਮਜ਼ਬੂਤ ਕਰ ਸਕਦਾ ਆ। ਤੇ ਜਿੰਨਾ ਜ਼ਿਆਦਾ ਉਹਦਾ ਰਿਸ਼ਤਾ ਮਜ਼ਬੂਤ ਹੋਏਗਾ, ਉਨੀ ਜ਼ਿਆਦਾ ਮਜ਼ਬੂਤ ਆਵਾਜ਼ ਰੱਬ ਦੀ ਤੁਹਾਡੇ ਕੰਨ ਵਿੱਚ ਪਏਗੀ। ਹਾਂ, ਹੁਣ ਰੱਬ ਪ੍ਰੋਫੈਟਿਕਲੀ ਤੁਹਾਡੇ ਨਾਲ ਗੱਲ ਕਰਦਾ, ਰੱਬ ਵਿਜ਼ਨਸ ਦੇ ਨਾਲ ਤੁਹਾਡੇ ਨਾਲ ਗੱਲ ਕਰਦਾ, ਰੱਬ ਡ੍ਰੀਮਸ ਦੇ ਨਾਲ ਤੁਹਾਡੇ ਨਾਲ ਗੱਲ ਕਰਦਾ, ਰੱਬ ਬੋਲ ਕੇ ਤੁਹਾਡੇ ਨਾਲ ਗੱਲ ਕਰ ਰਿਹਾ, ਲੋਕਾਂ ਥਾਈਂ ਤੁਹਾਡੇ ਨਾਲ ਗੱਲ ਕਰ ਰਿਹਾ, ਰੱਬ ਬਾਈਬਲ ਥਾਈਂ ਤੁਹਾਡੇ ਨਾਲ ਗੱਲ ਕਰ ਰਿਹਾ, ਸੁਪਰਨੈਚੁਰਲੀ ਤੁਹਾਡੇ ਨਾਲ ਗੱਲ ਕਰ ਰਿਹਾ। ਇਹ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਰੱਬ ਗੱਲ ਕਰਦਾ ਹੈ ਪ੍ਰਭੂ ਦੇ ਨਾਲ। ਲੇਕਿਨ ਜਿਹੜਾ ਇਨਸਾਨ ਪ੍ਰਭੂ ਦੇ ਵਿੱਚ ਟਕਰਾਇਆ, ਜਿਹਦੇ ਤਾਲੁਕਾਤ ਪਰਮੇਸ਼ੁਰ ਦੇ ਵਿੱਚ ਸਟਰੋਂਗ ਆ, ਉਹ ਐਂ ਪਹਿਚਾਣ ਲੈਗਾ ਲਵੀ ਰੱਬ ਦੀ ਆਵਾਜ਼ ਆ। ਤੁਸੀਂ ਮੰਨਣਾ ਨਹੀਂ। ਜਦੋਂ ਮੈਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਸਾਹਮਣੇ ਗੋਡੀਆਂ ਲਾ ਕੇ ਮਾਫ਼ੀ ਮੰਗਣ ਤੋਂ ਬਾਅਦ, ਆਪਣੇ ਆਪ ਨੂੰ ਪਰਮੇਸ਼ੁਰ ਦੇ ਲਹੂ ਦੇ ਨਾਲ ਧੋਣ ਤੋਂ ਬਾਅਦ, ਜਦੋਂ ਮੈਂ ਖੜਦਾ ਹਾਂ ਵਰਸ਼ਿਪ ਦੇ ਵਿੱਚ, ਅਤੇ ਮੈਂ ਵਰਸ਼ਿਪ ਦੇ ਵਿੱਚ ਖੜ ਕੇ ਐਸਾ ਮਗਨ ਹੋ ਜਾਂਦਾ ਹਾਂ, ਮੈਂ ਦੂਸਰੀਆਂ ਬੋਲੀਆਂ ਦੇ ਵਿੱਚ, ਅਤੇ ਐਸੀ ਸ਼ਾਂਤੀ ਆ ਜਾਂਦੀ ਆ, ਆਂਸੂ ਹੀ ਨਹੀਂ ਰੁਕਦੇ ਹੁੰਦੇ ਪ੍ਰਭੂ ਦੇ ਪਰੋਂ। ਉਹ ਤੋਂ ਬਾਅਦ ਜਦੋਂ ਚਰਚ ਸਰਵਿਸ ਵਿੱਚ ਜਾਈਦੀ ਹੈ, ਅਤੇ ਉਹਦੇ ਜਿਹੜਾ ਪ੍ਰਚਾਰ ਹੁੰਦਾ ਆ, ਉਹ ਪਰਮੇਸ਼ੁਰ ਦੀ ਅੱਗ ਦੇ ਵਿੱਚ ਪ੍ਰਚਾਰ ਹੁੰਦਾ ਆ। ਲੇਕਿਨ ਉਹ ਤੋਂ ਬਾਅਦ ਜਦੋਂ ਪ੍ਰੇਅਰ ਲਾਉਣ ਦਾ ਟਾਈਮ ਆਉਂਦਾ ਆ, ਸੋ ਪ੍ਰੇਅਰ ਦੇ ਵਾਸਤੇ ਬਹੁਤ ਦਫ਼ਾ ਲੋਕਾਂ ਦੇ ਸਾਹਮਣੇ ਆ ਕੇ ਪ੍ਰੇਅ ਕਰਨੀ ਪੈਂਦੀ ਹੈਗੀ ਆ, ਅਤੇ ਜਦੋਂ ਕਿਸੇ ਦੇ ਮੂਹਰੇ ਆ ਕੇ ਖੜ੍ਹ ਜਾਂਦਾ ਆ, ਜਾਂ ਕੋਈ ਮੇਰੇ ਮੂਹਰੇ ਆ ਕੇ ਖੜ੍ਹ ਜਾਂਦਾ ਆ, ਬਸ ਅੱਖਾਂ ਬੰਦ ਕਰਨ ਦਾ ਟਾਈਮ ਹੁੰਦਾ ਆ ਕਿ ਪਵਿੱਤਰ ਆਤਮਾ ਦੀ ਆਵਾਜ਼ ਕਲੀਅਰ ਆਉਣ ਲੱਗ ਜਾਂਦੀ ਹੈ। ਐਂ ਨਹੀਂ ਵੀ ਕਿੰਨੀਆਂ ਸਾਰੀਆਂ ਆਵਾਜ਼ਾਂ ਨੇ, ਕਈ ਵਾਰ ਪੁੱਛ ਸਕਦੇ ਨੇ ਪਾਸੇ ਜੀ ਤੁਸੀਂ ਸਾਰੀਆਂ ਆਵਾਜ਼ਾਂ ਤੋਂ, ਤੁਹਾਡੀ ਆਵਾਜ਼, ਤੁਹਾਡੀ ਮੈਮਰੀ ਦੀ ਆਵਾਜ਼, ਤੁਹਾਡੇ ਬ੍ਰੇਨ ਦੀ ਆਵਾਜ਼, ਤੁਹਾਡੀਆਂ ਸੋਚਾਂ ਦੀ ਆਵਾਜ਼, ਤੁਹਾਡੀ ਕੌਨਸ਼ੀਅਸ ਦੀ ਆਵਾਜ਼, ਲਾਊਡ ਸਪੀਕਰਾਂ ਦੀ ਆਵਾਜ਼, ਬੱਚਿਆਂ ਦੀ ਆਵਾਜ਼ਾਂ, ਭੈਣਾਂ ਦੀਆਂ ਆਵਾਜ਼ਾਂ, ਭਾਈਆਂ ਦੀਆਂ ਆਵਾਜ਼ਾਂ, ਸੱਸ ਦੀ ਆਵਾਜ਼, ਇਹ ਸਾਰੀਆਂ ਆਵਾਜ਼ਾਂ ਤੋਂ ਬਸ ਜੀ ਤੁਸੀਂ ਕਿੱਦਾਂ ਸੁਣ ਲੈਂਦੇ ਹੈਗੇ ਹੋ ਪਰਮੇਸ਼ੁਰ ਦੀ ਆਵਾਜ਼ ਕਿਸੇ ਨੂੰ ਦੱਸਣ ਦੇ ਵਾਸਤੇ ਰੱਬ ਆ ਕਹਿ ਰਿਹਾ ਹੈ। ਉਸ ਜਿਸ ਸਮੇਂ ਮਿਨਿਸਟਰੀ ਦਾ ਟਾਈਮ ਆਉਂਦਾ, ਉਸ ਸਮੇਂ ਜਦੋਂ ਮੈਂ ਖੜ੍ਹਾ ਹੁੰਦਾ ਉੱਥੇ ਪ੍ਰੇਅਰ ਕਰਨ ਦੇ ਵਾਸਤੇ, ਪ੍ਰਭੂ ਦੇ ਬਾਰੇ ਤੁਸੀਂ ਮੰਨਣਾ ਨਹੀਂ, ਉਸ ਸਮੇਂ ਮੈਂ ਕੋਈ ਆਵਾਜ਼ ਨਹੀਂ ਸੁਣ ਰਿਹਾ ਹੁੰਦਾ, ਇੱਕੋ ਹੀ ਆਵਾਜ਼ ਆਉਂਦੀ ਹੈ, ਉਹ ਰੱਬ ਦੀ ਹੁੰਦੀ ਹੈ। ਜਦੋਂ ਰੱਬ ਦੀ ਆਵਾਜ਼ ਆਉਂਦੀ ਆ, ਰੱਬ ਦੀ ਆਵਾਜ਼ ਆ ਕੇ ਸਾਰੀਆਂ ਆਵਾਜ਼ਾਂ ਨੂੰ ਬਲੌਕ ਕਰ ਦਿੰਦੀ ਹੈ, ਅਤੇ ਇੱਕ ਐਸਾ ਨਸ਼ਾ ਜਿਹਾ ਚੜ ਜਾਂਦਾ ਆ, ਜਿਸ ਨਸ਼ੇ ਦੇ ਨਾਲ ਆਪਾਂ ਝੂੰਮਦੇ ਰਹਿੰਦੇ ਹਾਂ, ਜਿਹਦੇ ਵੱਲ ਦੇਖਦਾ ਪਰਮੇਸ਼ੁਰ ਉਹਦੇ ਨਾਲ ਹੀ ਗੱਲ ਕਰਨਾ ਸ਼ੁਰੂ ਕਰ ਦਿੰਦਾ, ਜਿਹਦੇ ਵੱਲ ਦੇਖਦਾ ਪਰਮੇਸ਼ੁਰ ਕਹਿੰਦਾ ਇਹਨੂੰ ਬੋਲ, ਇਹਨੂੰ ਆਹ ਕਹਿ, ਇਹਨੂੰ ਆਹ ਕਹਿ, ਇਹਨੂੰ ਆਇਆ ਕਹਿ, ਕਿਸੇ ਹੋਰ ਵੱਲ ਦੇਖਾਂ ਇਹਨੂੰ ਆਇਆ ਕਹਿ, ਇਹਨੂੰ ਆਇਆ ਕਹਿ। ਮੈਂ ਕਿਸੇ ਲਈ ਪ੍ਰੇਅ ਕਰ ਰਿਹਾ ਸੀ, ਐਂ ਧਿਆਨ ਪਿੱਛੇ ਗਿਆ, ਪ੍ਰਭੂ ਕਹਿੰਦਾ ਉਹਨੂੰ ਇਹ ਕਹਿ, ਉਹਨੂੰ ਇਹ ਕਿ ਮੈਂ ਦੁਬਾਰਾ ਫਿਰ ਆਪਣਾ ਧਿਆਨ ਉਹਦੇ ਪਾਸੇ ਕਰ ਲਿਆ। ਤਕਰੀਬਨ 90-95% ਜਿਹਦੇ ਵੱਲ ਦੇਖਦਾ ਆ ਰੱਬ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਆ ਪ੍ਰੋਫੈਟਿਕਲੀ। ਲੇਕਿਨ ਪ੍ਰਭੂ ਭੈਣੋ, ਪਰਮੇਸ਼ੁਰ ਚਾਹੁੰਦਾ ਆ ਕਿ ਇਹ ਹਰ ਇੱਕ ਦੇ ਨਾਲ ਹੋਵੇ, ਯਾਨੀ ਕਿ ਰੱਬ ਸਿੱਧਾ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ, ਰੱਬ ਤੁਹਾਡੇ ਨਾਲ ਤਾਲੁਕਾਤ ਤਕੜਾ ਕਰਨਾ ਚਾਹੁੰਦਾ,
ਰੱਬ ਚਾਹੁੰਦਾ ਹੈ ਕਿ ਤੁਸੀਂ ਰੱਬ ਦੇ ਨਾਲ ਤਾਲੁਕਾਤ ਤਕੜਾ ਕਰੋ, ਕਿ ਤੁਸੀਂ ਰੱਬ ਦੇ ਨਾਲ ਗੱਲਬਾਤ ਕਰੋ, ਕਿ ਰੱਬ ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਾਈਡ ਕਰੇ, ਤੁਹਾਨੂੰ ਲੀਡ ਕਰੇ। ਗੱਡੀਆਂ ਇਹਨੂੰ ਮੋੜ ਲਾ, ਹੁਣ ਗੱਡੀ ਹੁਣ ਇਹਨੂੰ ਮੋੜ ਲਾ, ਹੁਣ ਤੂੰ ਇੱਥੋਂ ਆਹ ਖਰੀਦ ਲਾ, ਹੁਣ ਤੂੰ ਆਹ ਕਰ ਲਾ, ਹੁਣ ਉਹ ਫਲਾਨੇ ਨੂੰ ਦੱਸ। ਇਹ ਛੋਟੀਆਂ ਛੋਟੀਆਂ ਜਿਹੜੀਆਂ ਟ੍ਰੇਨਿੰਗਸ ਨੇ ਨਾ, ਇਹ ਲੱਗਦੀਆਂ ਨਾ ਵੀ ਝੂਠ ਮੂਠ ਦੀਆਂ ਨੇ, ਹੈ ਨਾ, ਲੇਕਿਨ ਜਦੋਂ ਸਮਾਂ ਆਏਗਾ ਵੀ ਤੁਹਾਨੂੰ ਅਸਲੀ ਦੇ ਵਿੱਚ ਪਰਮੇਸ਼ਰ ਤੁਹਾਨੂੰ ਯੂਜ ਕਰੇਗਾ ਨਾ, ਉਦੋਂ ਇਹੀ ਟ੍ਰੇਨਿੰਗ ਕੰਮ ਆਏਗੀ। ਮੈਨੂੰ ਯਾਦ ਆ ਕਿ ਜਦੋਂ ਡੈਡੀ ਮਿਲਟਰੀ ਵਿੱਚ ਹੁੰਦੇ ਸੀਗੇ, ਮੇਜਰ ਸੀਗੇ, ਅਤੇ ਜਾਂਦੇ ਹੁੰਦੇ ਸੀਗੇ ਆਪਣੀ ਕੌਨਵਾਈ 'ਤੇ, ਜਾਂਦੇ ਹੁੰਦੇ ਸੀਗੇ ਆਪਣੀ ਟ੍ਰੇਨਿੰਗਸ ਕਰਨ ਦੇ ਵਾਸਤੇ, ਅਤੇ ਉੱਥੇ ਜਿਹੜੇ ਸੋਲਜਰਸ ਹੁੰਦੇ ਸੀਗੇ ਨਾ, ਉਹ ਐਵੇਂ ਆਪਣੀਆਂ ਬੰਦੂਕਾਂ ਦੇ ਨਾਲ ਝੂਠੇ ਮੂਠੇ ਜਿਹੇ ਬੰਦੇ ਬਣਾਏ ਹੋਏ, ਹੈ ਨਾ, ਘਾਹ ਫੂਸ ਦੇ ਉੱਪਰ ਬੋਰੀਆਂ ਚਾੜੀਆਂ, ਜਾ ਕੇ ਉਹਨਾਂ ਨੂੰ ਚਾਕੂ ਮਾਰੀ ਜਾਣਗੇ, ਉਹਨਾਂ ਦੇ ਢਿੱਡ ਦੇ ਵਿੱਚ ਐਂ ਮਾਰੀ ਜਾਣਗੇ, ਘਸੁੰਨ ਮਾਰੇ ਜਾਣਗੇ, ਕੁੱਟਣਗੇ ਜਾਂ ਐਂ ਕੁਛ ਕੁੱਟੀ ਕੱਟੀ ਜਾਣਗੇ, ਐਵੇਂ ਉਹ ਟ੍ਰੇਨਿੰਗਸ ਹੁੰਦੀਆਂ ਨੇ ਉਹਨਾਂ ਦੀਆਂ। ਕਿਉਂਕਿ ਜਦੋਂ ਲੜਾਈ ਲੱਗ ਗਈ ਉਸ ਸਮੇਂ ਟ੍ਰੇਨਿੰਗ ਕਰਨ ਦਾ ਟਾਈਮ ਨਹੀਂ ਹੈ, ਜਦੋਂ ਹਮਲਾ ਹੋ ਗਿਆ ਸ਼ੈਤਾਨ ਦਾ ਉਸ ਸਮੇਂ ਬਾਈਬਲ ਪੜ੍ਹਨ ਦਾ ਟਾਈਮ ਨਹੀਂ ਹੈ, ਜਦੋਂ ਹਮਲਾ ਹੋ ਗਿਆ ਸ਼ੈਤਾਨ ਦਾ ਉਦੋਂ ਆਹ ਕਰਨ ਦਾ ਟਾਈਮ ਨਹੀਂ ਹੈ, ਲੈ ਮੈਂ ਆਪਣੇ ਆਪ ਨੂੰ ਤਿਆਰ ਕਰਦਾ, ਮੈਂ ਕਰ ਲਾਂ, ਹੁਣ ਹਮਲਾ ਹੋ ਗਿਆ, ਹੁਣ ਤਾਂ ਹਮਲਾ ਹੋ ਗਿਆ, ਹੁਣ ਤਾਂ ਬਸ ਆਵਾਜ਼ ਨੂੰ ਸੁਣ ਅਤੇ ਆਵਾਜ਼ ਦੇ ਮੁਤਾਬਿਕ ਚੱਲ। ਐਮੈਨ। ਜਦੋਂ ਮੂਸਾ ਆਪਣੇ ਪਰਮੇਸ਼ਰ ਦੇ ਲੋਕਾਂ ਨੂੰ ਕੱਢ ਕੇ ਲਿਆਇਆ ਸੀਗਾ ਮਿਸਰ ਤੋਂ, ਅਤੇ ਮਿਸਰ ਤੋਂ ਕੱਢ ਲਿਆ ਕੱਢ ਲਿਆ ਕੱਢ ਲਿਆ ਗਿਆ, ਮਗਰ ਫਰੋਨ ਅਤੇ ਉਹਦੀਆਂ ਫੌਜਾਂ ਆ ਗਈਆਂ, ਅਤੇ ਉਹਨਾਂ ਨੇ ਦੱਸਿਆ ਵੀ ਫਰੋਨ ਫੌਜਾਂ ਲੈ ਕੇ ਆ ਗਿਆ ਆਪਣੇ ਨੂੰ, ਅਤੇ ਇਹ ਭੇਜੇ ਜਾਂਦੇ ਨੇ ਮੂਹਰੇ। ਮੂਸਾ ਜਦੋਂ ਮੂਹਰੇ ਦੇਖਦਾ, ਮੂਹਰੇ ਸਮੁੰਦਰ ਭਰਿਆ ਪਿਆ ਆ, ਅਤੇ ਹੁਣ ਕੀ ਕਰਾਂ, ਝੜਦੇ ਨੇ ਹੁਣ ਚੱਕੇ ਆਪਣੀ ਕਰ, ਮੈਂ ਤਾਂ ਪ੍ਰੇ ਕਰਨ ਚੱਲਿਆ, ਵੜ ਗਿਆ ਆਪਣੇ ਕਮਰੇ 'ਚ ਪ੍ਰੇ ਕਰਨ। ਰੱਬ ਨੇ ਉਹਨੂੰ ਡਾਂਟ ਮਾਰੀ, ਓਏ ਪ੍ਰੇ ਨਹੀਂ ਕਰਨੀ ਹੈ, ਪ੍ਰੇ ਕਰਨ ਦਾ ਟਾਈਮ ਨਹੀਂ ਗਿਆ, ਪ੍ਰੇ ਕਰਕੇ ਕੀ ਕਰਨਾ, ਨਹੀਂ ਨਿਕਲ ਬਾਹਰ, ਹੁਣ ਅਜਿਹੀ ਜਿਹੜੀ ਲਾਠੀ ਤੇਰੇ ਹੱਥ ਵਿੱਚ ਆਹੀ ਲੈ ਅਤੇ ਇਹੀ ਮਾਰ ਪਾਣੀਆਂ ਦੇ ਉੱਤੇ, ਅਤੇ ਉਹਨੇ ਯਹੋਵਾ ਨਾਮ ਦੇ ਵਿੱਚ ਲਾਠੀ ਪਾਣੀਆਂ 'ਤੇ ਮਾਰੀ, ਅਤੇ ਪਾਣੀ ਜਿਹੜੇ ਨੇ ਲਾਲ ਸਮੁੰਦਰ ਦੇ ਉਹ ਦੋ ਭਾਗਾਂ 'ਚ ਵੰਡੇ ਗਏ ਸੀਗੇ। ਉਹ ਟਾਈਮ ਨਹੀਂ ਸੀ ਪ੍ਰੇਅਰ ਕਰਨ ਦਾ, ਪ੍ਰੇਅਰ ਕਰਨ ਦਾ ਟਾਈਮ ਜਿਹੜਾ ਹੈਗਾ ਆ, ਉਹ ਇਸੀ ਤਰ੍ਹਾਂ ਪਰਮੇਸ਼ੁਰ ਤੁਹਾਨੂੰ ਲੀਡ ਕਰਦਾ, ਗਾਈਡ ਕਰਦਾ, ਤੁਹਾਨੂੰ ਟੀਚ ਕਰਦਾ ਆ, ਤਾਂ ਕਿ ਤੁਹਾਡਾ ਤਾਲੁਕਾਤ ਬਣਿਆ ਰਹੇ, ਅਤੇ ਜਦੋਂ ਰੱਬ ਨਾ ਕਰੇ ਕੋਈ ਐਸੀ ਮੁਸ਼ਕਿਲ ਆ ਜਾਏ, ਰੱਬ ਨਾ ਕਰੇ ਕੋਈ ਐਸੀ ਸਿਚੁਏਸ਼ਨ ਆ ਜਾਏ, ਰੱਬ ਨਾ ਕਰੇ ਕੋਈ ਸ਼ੈਤਾਨ ਦਾ ਹਮਲਾ ਹੋ ਜਾਏ, ਉਦੋਂ ਤੁਸੀਂ ਸਿੱਧੀ ਰੱਬ ਦੀ ਆਵਾਜ਼ ਨੂੰ ਸੁਣੋਗੇ ਅਤੇ ਤੁਸੀਂ ਰੱਬ ਦੀ ਆਵਾਜ਼ ਦੇ ਮੁਤਾਬਿਕ ਆਪਣੀ ਜ਼ਿੰਦਗੀ ਬਤੀਤ ਕਰ ਸਕੋਗੇ, ਚਲਾ ਸਕੋਗੇ। ਅਸੀਂ ਆਪਣੀ ਜ਼ਿੰਦਗੀ ਰੱਬ ਦੀ ਆਵਾਜ਼ ਦੇ ਮੁਤਾਬਿਕ ਚਲਾਉਣੀ ਹੈ, ਅਸੀਂ ਆਪਣੀ ਜ਼ਿੰਦਗੀ ਕੌਨਸ਼ੀਅਸ ਦੇ ਮੁਤਾਬਿਕ ਨਹੀਂ ਚਲਾਉਣੀ। ਨੋ, ਜ਼ਮੀਰ ਦੇ ਮੁਤਾਬਿਕ ਅਸੀਂ ਆਪਣੀ ਜ਼ਿੰਦਗੀ ਨਹੀਂ ਚਲਾਉਣੀ, ਆਪਾਂ ਆਪਣੀ ਜ਼ਿੰਦਗੀ ਰੱਬ ਦੀ ਆਵਾਜ਼ ਨੂੰ ਸੁਣ ਕੇ ਚਲਾਉਣੀ ਹੈ। ਆਮੇਨ। ਪਰਮੇਸ਼ੁਰ ਦਾ ਵਚਨ ਇਹ ਆਪਾਂ ਨੂੰ ਦੱਸ ਰਿਹਾ, ਆਦਮ ਦੇ ਹਵਾ ਦੇ ਟਾਈਮ 'ਤੇ ਜਿਹੜਾ ਇੱਕ ਬਾਗ ਸੀਗਾ, ਉਹ ਬਾਗ ਸੀਗਾ ਜਿਹੜਾ ਫਲ ਉਹਨਾਂ ਨੇ ਖਾ ਲਿਆ ਸੀ, ਕਿਹਾ ਸੀ ਇਸ ਫਲ ਨੂੰ ਤੁਸੀਂ ਖਾਣਾ ਨਹੀਂ ਗਾ, ਹੈ ਨਾ। ਉਹ ਫਲ ਜਿਹੜਾ ਸੀਗਾ ਉਹ ਚੰਗੇ ਅਤੇ ਮਾੜੇ ਦਾ ਫਲ ਸੀਗਾ, ਫਰੂਟ ਆਫ ਗੁੱਡ ਐਂਡ ਈਵਲ, ਰਾਈਟ, ਜਿਹੜਾ ਫਲ ਉਹਨਾਂ ਨੇ ਖਾ ਲਿਆ ਸੀ। ਲੇਕਿਨ ਉੱਥੇ ਅੰਦਰ ਜਾ ਕੇ ਇੱਕ ਹੋਰ ਫਲ ਸੀ ਜਿਹੜਾ ਜੀਵਨ ਦੇ ਫਲ, ਜੀਵਨ ਦਾ ਦਰਖਤ ਸੀਗਾ, ਉਹਨੂੰ ਜੀਵਨ ਦੇ ਫਲ ਲੱਗਦੇ ਸੀਗੇ, ਉਸ ਦਰਖਤ ਨੂੰ ਜੀਵਨ ਦੇ ਫਲ ਲੱਗਦੇ ਸੀ। ਇਸ ਦਰਖਤ ਨੂੰ ਕੀ ਲੱਗਦੇ ਸੀ, ਇਸ ਦਰਖਤ ਨੂੰ ਫਲ ਲੱਗਦੇ ਸੀ ਉਹ ਚੰਗੇ ਅਤੇ ਮਾੜੇ ਫਲ ਲੱਗਦੇ ਸੀਗੇ, ਜਾਣੀ ਕਿ ਨੌਲੇਜ ਆਫ ਗੁੱਡ ਐਂਡ ਨੌਲੇਜ ਆਫ ਈਵਲ। ਹੈ ਨਾ, ਇਹ ਜਿਹੜਾ ਫਲ ਹੈਗਾ ਆ, ਇਹ ਕਹਿ ਲਓ ਕਿ ਮੌਤ ਲੈ ਕੇ ਆਇਆ ਉਹਨਾਂ ਦੇ ਸਾਹਮਣੇ। ਦੂਸਰਾ ਜਿਹੜਾ ਫਲ ਸੀਗਾ ਜ਼ਿੰਦਗੀ ਦੇ ਫਲ ਦਾ, ਉਹ ਜ਼ਿੰਦਗੀ ਲੈ ਕੇ ਆਉਂਦਾ ਜੋ ਉਹਨੂੰ ਖਾ ਲੈਂਦੇ। ਆਹ ਜਿਹੜਾ ਫਲ ਮੌਤ ਲੈ ਕੇ ਆਇਆ, ਤਾਂ ਫਿਰ ਇਹ ਕਿਹੜਾ ਦਰਖਤ ਆ, ਇਹ ਮੌਤ ਦਾ ਦਰਖਤ ਸੀਗਾ, ਮੌਤ ਲੈ ਕੇ ਆਇਆ, ਮੌਤ ਦਾ ਦਰਖਤ ਸੀਗਾ ਇਹ। ਉਹ ਅੰਦਰਲਾ ਜਿਹੜਾ ਦਰਖਤ ਸੀਗਾ ਉਹ ਕਿਹੜਾ ਦਰਖਤ ਸੀਗਾ, ਉਹ ਜ਼ਿੰਦਗੀ ਦਾ ਦਰਖਤ ਸੀ, ਉਹ ਤਾਂ ਪ੍ਰਭੂ ਨੇ ਆਪ ਕਹਿ ਦਿੱਤਾ ਸੀਗਾ ਵੀ ਇਹ ਜ਼ਿੰਦਗੀ ਦਾ ਦਰਖਤ ਹੈ, ਜੇ ਜ਼ਿੰਦਗੀ ਦੇ ਦਰਖਤ ਦੇ ਫਲ ਨੂੰ ਖਾ ਲੈਂਦੇ ਜ਼ਿੰਦਾ ਰਹਿੰਦੇ ਹਮੇਸ਼ਾ ਵਾਸਤੇ। ਲੇਕਿਨ ਬਾਅਦ ਵਿੱਚ ਉਹਨਾਂ ਨੇ ਖਾਣ ਦੀ ਕੋਸ਼ਿਸ਼ ਕੀਤੀ, ਲੇਕਿਨ ਖੁਦ ਕੀਤੀ ਜਾਂ ਨਹੀਂ ਕੀਤੀ, ਲੇਕਿਨ ਰੱਬ ਨੇ ਆਲਰੇਡੀ ਉਹ ਜਗ੍ਹਾ ਤੋਂ ਉਹਨਾਂ ਬਾਹਰ ਕੱਢਤਾ ਸੀਗਾ ਵੀ ਕਿਤੇ ਹੁਣ ਪਾਪ ਦੇ ਵਿੱਚ ਜਾ ਕੇ ਉਹ ਫਲ ਨੂੰ ਹੁਣ ਖਾ ਲੈਣ, ਫਿਰ ਹਮੇਸ਼ਾ ਹਮੇਸ਼ਾ ਲਈ ਜਿੰਦਾ ਰਹਿਣਗੇ, ਮਰਨਗੇ ਨਹੀਂ, ਲੇਕਿਨ ਪਾਪ ਦੇ ਵਿੱਚ ਹੀ ਬੁਰਾ ਹਾਲ ਹੋ ਜਾਣਾ ਸੀਗਾ ਇਨਸਾਨ ਦਾ ਉਦੋਂ ਤਾਂ। ਲੇਕਿਨ ਫਿਕਰ ਨਾ ਕਰੋ ਪ੍ਰਭੂ ਪੈਣਾ, ਕਿਉਂਕਿ ਪ੍ਰਕਾਸ਼ ਦੀ ਪੋਥੀ ਦੇ ਵਿੱਚ ਲਿਖਿਆ ਆ, ਐਂਡ ਵਿੱਚ ਜਾ ਕੇ ਲਿਖਿਆ ਹੈ ਕਿ ਸਵਰਗਾਂ ਦੇ ਵਿੱਚ ਇੱਕ ਦਰਖਤ ਆ ਜਿਹੜੇ ਜੀਵਨ ਦੇ ਫਲ ਲੱਗਦੇ ਨੇ, ਜਿਹਨੂੰ ਆਪਾਂ ਉਸ ਨੂੰ ਖਾਵਾਂਗੇ ਅਤੇ ਹਮੇਸ਼ਾ ਹਮੇਸ਼ਾ ਲਈ ਜ਼ਿੰਦਾ ਰਹਾਂਗੇ ਪਰਮੇਸ਼ਰ ਕੋਲ। ਐਮੈਨ। ਲੇਕਿਨ ਆ ਜਿਹੜਾ ਮੌਤ ਦਾ ਫਲ ਸੀਗਾ, ਜਾਣੀ ਕਿ ਭਲਾਈ, ਭਲੇ ਚੰਗੇ ਕੰਮ ਅਤੇ ਮਾੜੇ ਕੰਮ ਦੀ ਪਹਿਚਾਣ,
चंगे दे माड़े दी पहचान दा डिसीजन उठाना, सिलेक्ट करना, चूज करना, चंगा माड़ा चूज करना, एदा जिहड़ा फल सीगा, चूज करन दी शक्ति दा फल, जिहदे विचों मौत आई, ये मौत दा फल सी, ये शैतान दा फल सी मैं कहांगा, क्योंकि शैतान ने इहनू ही कहा भी इहनू खाओ। ਉਹ ਦੂਜੇ ਫਲ ਇਗਜ਼ਾਮਪਲ ਲੈ ਸਕਦਾ ਸੀਗਾ, ਉਹਨੇ ਦੂਜੇ ਇਗਜ਼ਾਮਪਲ ਦੂਜੇ ਫਲ ਇਗਜ਼ਾਮਪਲ ਨਹੀਂ ਲਏ। ਨਹੀਂ, ਜੇ ਤੁਸੀਂ ਇਹਨੂੰ ਖਾ ਲਿਆ, ਤੁਸੀਂ ਸੱਚ ਤੇ ਚੰਗੇ ਚੰਗੇ ਤੇ ਮਾੜੀ ਦੀ ਪਛਾਣ ਆ ਜਾਏਗੀ, ਤੁਹਾਨੂੰ ਤੁਸੀਂ ਰੱਬ ਵਰਗੇ ਬਣ ਜਾਓਗੇ। ਵਾਹ, ਦੂਸਰੇ ਦਾ ਕਹਿੰਦਾ ਵੀ ਉਹ ਜੀਵਨ ਦਾ ਫਲ ਦਾ ਫਲ ਉਹ ਖਾ ਲਓ ਜਾ ਕੇ, ਉਹਦੇ ਤੱਕ ਉਹਨੇ ਜ਼ਿਕਰ ਨਹੀਂ ਕੀਤਾ, ਨਾਮ ਨਹੀਂ ਲਿਆ, ਕਿਉਂਕਿ ਇਹ ਸ਼ੈਤਾਨ ਦਾ ਫਲ ਸੀ, ਇਹ ਮੌਤ ਦਾ ਫਲ ਸੀ, ਇਹਦੇ ਥਾਈਂ ਉਹਨੂੰ ਮੌਤ ਆ ਗਈ। ਜੇ ਉਹ ਖਾ ਲੈਂਦੇ ਉਹਦੇ ਥਾਈਂ ਉਹਨਾਂ ਦੀ ਜ਼ਿੰਦਗੀ ਆ ਜਾਂਦੀ, ਜ਼ਿੰਦਾ ਰਹਿੰਦੇ। ਇਸ ਫਲ ਤੋਂ ਜਿਹੜੀ ਮੌਤ ਆਈ, ਇਸ ਫਲ ਤੋਂ ਚੁੰਨਾ ਆਇਆ, ਲੇਕਿਨ ਉਸ ਫਲ ਤੋਂ ਜ਼ਿੰਦਗੀ ਮਿਲਦੀ, ਅਤੇ ਜ਼ਿੰਦਗੀ ਕੀ ਆ? ਰੱਬ ਖੁਦ ਜ਼ਿੰਦਗੀ ਆ, ਰੱਬ ਦੀ ਆਵਾਜ਼ ਖੁਦ ਜ਼ਿੰਦਗੀ ਆ, ਰੱਬ ਦੀ ਪਵਿੱਤਰ ਆਤਮਾ ਖੁਦ ਜ਼ਿੰਦਗੀ ਆ। ਜਾਣੀ ਕਿ ਉਸ ਫਲ ਤੋਂ ਰੱਬ ਦੀ ਆਵਾਜ਼ ਆਉਂਦੀ। ਇਹ ਫਲ ਖਾ ਕੇ ਕੀ ਗਵਾ ਲਿਆ? ਰੱਬ ਦੀ ਆਵਾਜ਼ ਗਵਾ ਲਈ। ਇਹ ਫਲ ਖਾ ਕੇ ਕੀ ਗਵਾ ਲਿਆ? ਰੱਬ ਦੀ ਹਜ਼ੂਰੀ ਗਵਾ ਲਈ, ਰੱਬ ਦੀ ਹਜ਼ੂਰੀ ਗਈ, ਰੱਬ ਦੀ ਆਵਾਜ਼ ਵੀ ਗਈ। ਉਹ ਫਲ ਖਾ ਲੈਣ ਦੇ ਕੀ ਮਿਲਣਾ ਸੀ? ਰੱਬ ਦੀ ਜ਼ਿੰਦਗੀ ਬਣੀ ਰਹਿਣੀ ਸੀ ਜਿਹੜੀ ਉਹਨਾਂ ਦੀ ਸੀਗੀ। ਮੈਂ ਸੋ ਅੱਜ ਦੁਬਾਰਾ ਫਿਰ ਪ੍ਰਭੂ ਯਸੂ ਦੀ ਪਵਿੱਤਰ ਆਤਮਾ ਆਪਣੇ ਵਿੱਚ ਆ ਗਈ ਆ, ਦੁਬਾਰਾ ਫਿਰ ਪਰਮੇਸ਼ਰ ਦੀ ਆਵਾਜ਼ ਵਿੱਚ ਆ ਗਈ ਆ। ਮੈਂ ਆਪਾਂ ਚੂਜ਼ ਕਰਕੇ ਪ੍ਰਭੂ ਦੇ ਬਣਾਓ। ਜਦੋਂ ਉਹਨਾਂ ਨੇ ਫਲ ਖਾ ਲਿਆ, ਬਚਨ ਆਖਦਾ ਆ, ਬਚਨ ਕਹਿੰਦਾ ਜਦੋਂ ਉਹਨਾਂ ਨੇ ਫਲ ਖਾ ਲਿਆ, ਉਹਨਾਂ ਨੇ ਗਿਲਟੀ ਮਹਿਸੂਸ ਕੀਤਾ, ਉਹਨਾਂ ਨੇ ਕਸੂਰਵਾਰ ਮਹਿਸੂਸ ਕੀਤਾ ਆਪਣੇ ਆਪ ਨੂੰ, ਉਹਨਾਂ ਨੂੰ ਡਰ ਲੱਗਿਆ, ਜਾ ਕੇ ਲੁੱਕ ਗਏ। ਇਹ ਕਸੂਰਵਾਰ ਕਿਸ ਚੀਜ਼ ਨੇ ਮਹਿਸੂਸ ਕਰਾਇਆ? ਉਹਨਾਂ ਦੇ ਜ਼ਮੀਰ ਨੇ, ਜ਼ਮੀਰ ਜ਼ਿੰਦਾ ਹੋ ਗਿਆ, ਉੱਥੇ ਅੰਤਕਰਨ ਜ਼ਿੰਦਾ ਹੋ ਗਿਆ, ਕੌਨਸ਼ੀਅਸ ਜ਼ਿੰਦੀ ਹੋ ਗਈ ਉਹਨਾਂ ਦੀ। ਉਦੋਂ ਤੋਂ ਬਾਅਦ ਇਨਸਾਨ ਕੌਨਸ਼ੀਅਸ ਦੇ ਮੁਤਾਬਿਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਵੀ ਕੌਨਸ਼ੀਅਸ ਉਹਨਾਂ ਦਾ ਜ਼ਮੀਰ, ਹਾਏ ਮੇਰੇ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ, ਹੈਂ ਹਾਏ ਮੇਰੇ ਜ਼ਮੀਰ ਨੇ ਆਹ ਕਿਹਾ ਸੀਗਾ, ਲੇਕਿਨ ਮੈਂ ਕੀਤਾ, ਗੱਲ ਬਣੀ ਨਹੀਂ। ਆਪਾਂ ਜ਼ਮੀਰ ਦੀ ਗਾਈਡੈਂਸ ਦੇ ਨਾਲ ਨਹੀਂ ਚੱਲਣਾ, ਆਪਾਂ ਪਵਿੱਤਰ ਆਤਮਾ ਦੀ ਗਾਈਡੈਂਸ ਦੇ ਨਾਲ ਚੱਲਣਾ। ਜੇ ਤੁਸੀਂ ਅਬਰਾਮ ਨੂੰ ਪੁੱਛਦੇ ਤੇਰਾ ਜ਼ਮੀਰ ਕੀ ਕਹਿੰਦਾ ਆ, ਅਬਰਾਮ ਨੇ ਕਹਿਣਾ ਸੀ ਮੇਰਾ ਜ਼ਮੀਰ ਤਾਂ ਕਹਿੰਦਾ ਨਾ ਕਿ ਮੇਰੇ ਬੇਟੇ ਨੂੰ ਕੋਈ ਹੱਥ ਨਾ ਲਾਵੇ, ਮੈਂ ਕਿਸੇ ਹਾਲਤ ਵਿੱਚ ਵੀ ਆਪਣੇ ਬੇਟੇ ਨੂੰ ਕੁਰਬਾਨ ਨਹੀਂ ਕਰਾਂਗਾ, ਦੈਟਸ ਇਟ। ਲੇਕਿਨ ਨਹੀਂ, ਅਬਰਾਮ ਨੇ ਜ਼ਮੀਰ ਦੀ ਨਹੀਂ ਸੁਣੀ, ਆਪਣੇ ਕੌਨਸ਼ੀਅਸ ਦੀ ਨਹੀਂ ਸੁਣੀ, ਅਬਰਾਮ ਨੇ ਕਿਹਾ ਤੇਰੀ ਆਵਾਜ਼ ਜੋ ਮੈਨੂੰ ਕਹਿ ਰਹੀ ਹੈ ਰੱਬਾ ਮੇਰਿਆ, ਮੈਂ ਉਸ ਦੇ ਮੁਤਾਬਿਕ ਕੀ ਅੱਗੇ ਚੱਲਾਂਗਾ। ਅਤੇ ਉਹ ਗਿਆ ਆਪਣੇ ਬੇਟੇ ਦੀ ਕੁਰਬਾਨੀ ਦੇਣ ਵਾਸਤੇ, ਲੇਕਿਨ ਪਰਮੇਸ਼ਰ ਨੂੰ ਰੋਕ ਦਿੱਤਾ, ਅਤੇ ਪ੍ਰਭੂ ਨੇ ਬਹੁਤ ਵੱਡੀ ਬਰਕਤ ਦਿੱਤੀ, ਕਿਉਂਕਿ ਉਹ ਪਰਮੇਸ਼ਰ ਦੇ ਸਾਹਮਣੇ ਆਗਿਆਕਾਰ ਹੋਇਆ। ਇਵੇਂ ਸੋ ਪ੍ਰਭੂ ਦੇ ਬਣਾਓ, ਕੌਨਸ਼ੀਅਸ ਜਿਹੜੀ ਜ਼ਮੀਰ ਜਿਹੜਾ ਆ, ਉਹ ਆਪਾਂ ਨੂੰ ਗਿਲਟੀ ਮਹਿਸੂਸ ਕਰਾਉਂਦਾ, ਭਾਰ ਜਿਹਾ ਆ ਜਾਂਦਾ ਆਪਣੇ ਉੱਤੇ। ਲੇਕਿਨ ਤਾਂ ਹੀ ਪ੍ਰਭੂ ਯਸੂ ਮਸੀਹ ਦੁਨੀਆ 'ਚ ਆਏ, ਉਹਨਾਂ ਨੇ ਆਪਣਾ ਲਹੂ ਬਹਾਇਆ, ਤਾਂ ਕਿ ਪ੍ਰਭੂ ਤੋਂ ਮਾਫੀ ਮੰਗ ਕੇ ਉਹਨਾਂ ਦੇ ਲਹੂ ਥਾਈਂ ਦੀ ਆਪਣੇ ਜ਼ਮੀਰ ਤੋਂ ਉੱਤੇ ਜਾਣ, ਅਤੇ ਆਪਾਂ ਪਵਿੱਤਰ ਬਣ ਕੇ ਪ੍ਰਭੂ ਦੀ ਸੇਵਾ ਦੇ ਵਿੱਚ ਅੱਗੇ ਵੱਧ ਸਕੀਏ। ਦੇਖਾਂਗੇ ਪਰਮੇਸ਼ੁਰ ਵਚਨ 'ਚ ਅਬਰਾਨੀਆਂ ਦਾ 9ਵਾਂ ਚੈਪਟਰ ਦੇਖਾਂਗੇ, ਉਹਦਾ 14ਵਾਂ ਵਰਸ ਜਿਹੜਾ ਆ ਆਪਾਂ ਦੇਖਾਂਗੇ। ਮੈਂ 14ਵਾਂ ਵਰਸ, ਸੋ ਇਹ ਆਪਣੀ ਸਭ ਤੋਂ ਪਹਿਲੀ ਭਾਲ ਆ, ਇਹ ਸਭ ਤੋਂ ਪਹਿਲਾ ਮਕਸਦ ਹੀ ਨਹੀਂ ਗਾ, ਇਹ ਸਿਰਫ ਸਭ ਤੋਂ ਇੰਪੋਰਟੈਂਟ ਮਕਸਦ ਹੀ ਨਹੀਂ ਗਾ ਆਪਣਾ ਕਿ ਰੱਬ ਦੇ ਨਾਲ ਤਾਲੁਕਾਤ ਬਣ ਜਾਏ, ਇਹ ਆਪਣੀ ਸਭ ਤੋਂ ਪਹਿਲੀ ਭਾਲ ਆ, ਕੋਸ਼ਿਸ਼ ਆ, ਜ਼ਰੂਰਤ ਆ, ਸਭ ਤੋਂ ਪਹਿਲੀ ਭਾਲ। ਜੇ ਕੁਛ ਭਾਲਣਾ ਆ, ਇਹ ਭਾਲਣਾ ਰੱਬ ਦਾ ਤਾਲੁਕਾਤ, ਰੱਬ ਦੇ ਨਾਲ ਤਾਲੁਕਾਤ ਬਣਾਉਣਾ, ਰੱਬ ਦੇ ਨਾਲ ਜੁੜਨਾ। ਆਓ ਦੇਖੀਏ ਕਿੱਦਾਂ ਪ੍ਰਭੂ ਯਸੂ ਦੇ ਲਹੂ ਨੇ ਇਸ ਤਾਲੁਕਾਤ ਨੂੰ ਬਰਕਤ ਨਾਲ ਭਰ ਦਿੱਤਾ। ਹੀਬਰੂ ਚੈਪਟਰ 9 ਵਰਸ 14, ਜੇਕਰ ਇਹ ਸੱਚ ਹੈ ਤਾਂ ਫਿਰ ਮਸੀਹ ਦੇ ਖੂਨ ਦੁਆਰਾ ਕੀ ਨਹੀਂ ਹੋ ਸਕੇਗਾ, ਅਰਥਾਤ ਉਸ ਅਨੰਤ ਆਤਮਾ ਦੇ ਦੁਆਰਾ ਜੋ ਉਹ ਆਪਣੇ ਆਪ ਨੂੰ ਪੂਰਨ ਬਲੀ ਦੇ ਰੂਪ ਵਿੱਚ ਪਰਮੇਸ਼ਰ ਸਾਹਮਣੇ ਚੜਾਉਂਦਾ ਹੈ। ਉਸ ਦਾ ਖੂਨ ਸਾਡੇ ਅੰਤਕਰਨ ਨੂੰ ਸ਼ੁੱਧ ਕਰੇਗਾ ਅਤੇ ਸਾਨੂੰ ਸਾਡੇ ਮਰਨ ਹਾਰ ਕੰਮਾਂ ਤੋਂ ਆਜ਼ਾਦ ਕਰੇਗਾ ਕਿ ਅਸੀਂ ਜਿਉਂਦੇ ਪਰਮੇਸ਼ਰ ਦੀ ਸੇਵਾ ਕਰੀਏ। ਹਾਲੇਲੂਇਆ, ਆਮੇਨ। ਜਦੋਂ ਇੱਕ ਵਾਰ ਪ੍ਰਭੂ ਯਿਸੂ ਮਸੀਹ ਜੀ ਨੇ ਤੁਹਾਡੇ ਜ਼ਮੀਰ ਵਿੱਚੋਂ, ਤੁਹਾਡੀ ਕੌਨਸ਼ੀਅਸ ਵਿੱਚੋਂ, ਤੁਹਾਡੀ ਅੰਤਕਰਨ ਦੇ ਵਿੱਚੋਂ ਸਾਰੇ ਜਿਹੜੇ ਮੁਰਦਾ ਕੰਮ ਸੀ, ਜਿਹੜੇ ਗਿਲਟ ਸੀ, ਜਿਹੜੇ ਦੋਸ਼ੀ ਹੋਣ ਦੀ
ਬਦਬੂ ਸੀ ਉਹ ਸਾਰੀ ਜਦੋਂ ਮਟਾਤੀ ਪਾਪ ਮਾਫ ਕਰਤੇ ਸਾਨੂੰ ਧੋਤਾ ਪਰਮੇਸ਼ੁਰ ਨੇ ਪੂਰੀ ਤਰ੍ਹਾਂ ਨਾਲ ਉਹ ਤੋਂ ਬਾਅਦ ਇਨਸਾਨ ਪਰਮੇਸ਼ੁਰ ਦੀ ਆਵਾਜ਼ ਨੂੰ ਸੁਣ ਕੇ ਆਪਣੀ ਜ਼ਿੰਦਗੀ ਬਤੀਤ ਕਰੇ ਆਮੇਨ ਆਪਾਂ ਮੇਰੀਆਂ ਭੇਡਾਂ ਕੌਨਸ਼ੀਅਸ ਦੀ ਆਵਾਜ਼ ਨੂੰ ਸੁਣਦੀਆਂ ਨੇ ਅਤੇ ਮੇਰੇ ਪਿੱਛੇ ਪਿੱਛੇ ਚੱਲਦੀਆਂ ਨੇ ਐਂ ਨਹੀਂ ਲਿਖਿਆ ਹੋਇਆ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਨੇ ਅਤੇ ਮੇਰੇ ਪਿੱਛੇ ਪਿੱਛੇ ਚੱਲਦੀਆਂ ਨੇ ਕੌਨਸ਼ੀਅਸ ਵੀ ਧੋਖਾ ਦੇ ਸਕਦੀ ਹੈ ਕੌਨਸ਼ੀਅਸ ਨੇ ਜੋ ਕਰਨਾ ਆ ਚੰਗੇ ਅਤੇ ਮਾੜੇ ਨੂੰ ਦੇਖ ਕੇ ਕਰਨਾ ਵੀ ਇਹ ਚੰਗਾ ਆ ਮਾੜਾ ਆ ਲੇਕਿਨ ਬਚਾਉਣਾ ਸਾਨੂੰ ਕਿਹਨੇ ਆ ਸੱਚ ਨੇ ਬਚਾਉਣਾ ਆ ਸੱਚ ਨੂੰ ਜਾਣੋਗੇ ਤਾਂ ਸੱਚ ਤੁਹਾਨੂੰ ਆਜ਼ਾਦ ਕਰੂਗਾ ਆਮੇਨ ਜੇ ਅਬਰਾਮ ਨੇ ਕੌਨਸ਼ੀਅਸ ਦੀ ਸੁਣੀ ਹੁੰਦੀ ਅਤੇ ਅਬਰਾਮ ਨੇ ਆਪਣੇ ਬੱਚੇ ਦੀ ਕੁਰਬਾਨੀ ਨਾ ਦਿੱਤੀ ਹੁੰਦੀ ਅਤੇ ਅੱਜ ਆਪਾਂ ਸਾਰੇ ਰਹਿ ਜਾਣਾ ਸੀ ਕਿਉਂਕਿ ਅੱਜ ਸਾਰੇ ਆਪਾਂ ਅਬਰਾਮ ਦੇ ਪੁੱਤਰ ਕਹਿ ਰਹਿ ਜਾਂਦੇ ਹੈਗੇ ਹਾਂ ਕਿਉਂਕਿ ਉਹਨੇ ਰੱਬ ਦੀ ਆਵਾਜ਼ ਨੂੰ ਸੁਣ ਕੇ ਕੰਮ ਕੀਤਾ ਅੱਗੇ ਵਧਿਆ ਆਮੇਨ ਪ੍ਰੇਜ਼ ਦ ਲਾਰਡ ਪਰਮੇਸ਼ੁਰ ਦਾ ਧੰਨਵਾਦ ਕਰਦੇ ਹੈਗੇ ਅੱਗੇ ਦੇਖਾਂਗੇ ਪ੍ਰਭੂ ਦੇ ਬਣੋ ਲਾਸਟ ਪੁਆਇੰਟ ਦੇਖਾਂਗੇ ਤੀਸਰਾ ਪੁਆਇੰਟ ਆਪਾਂ ਜਾਵਾਂਗੇ ਜੀ ਸੰਤ ਲੂਕਾ ਅਤੇ ਦਸਵਾਂ ਚੈਪਟਰ ਦੇਖਾਂਗੇ ਵਰਸ 38 ਤੋਂ ਲੈ ਕੇ 42 ਤੱਕ ਪੜਾਂਗੇ ਹੁਣ ਆਪਾਂ ਰਿਸ਼ਤਾ ਜਿਹੜਾ ਇਹ ਪਰਮੇਸ਼ੁਰ ਦੇ ਨਾਲ ਜੋੜਨਾ ਇਹੀ ਆਪਣਾ ਸਭ ਤੋਂ ਵੱਡਾ ਪੈਸ਼ਨ ਨਹੀਂ ਹੋਣਾ ਚਾਹੀਦਾ ਸਭ ਤੋਂ ਵੱਡੀ ਲਗਨ ਸਭ ਤੋਂ ਵੱਡੀ ਲਗਨ ਕੀ ਆ ਤੁਹਾਡੇ ਦਿਲ ਦੀ ਸਭ ਤੋਂ ਵੱਡੀ ਲਗਨ ਤੁਹਾਡੇ ਦਿਲ ਦੀ ਸਭ ਤੋਂ ਵੱਡਾ ਪੈਸ਼ਨ ਤੁਹਾਡੇ ਵਿੱਚ ਕੀ ਆ ਪ੍ਰਭੂ ਯਿਸੂ ਦੇ ਨਾਲ ਰਿਸ਼ਤਾ ਮਜ਼ਬੂਤ ਕਰਨਾ ਅਤੇ ਜਿਹਦਾ ਆਪਾਂ ਸਿੱਖਿਆ ਰਿਸ਼ਤੇ ਦੇ ਵਿੱਚ ਪਹਿਲੇ ਨੰਬਰ 'ਤੇ ਆਪਾਂ ਇਹ ਸਿੱਖਿਆ ਕਿ ਸਭ ਤੋਂ ਵੱਡਾ ਮਕਸਦ ਇਨਸਾਨ ਦਾ ਕੀ ਆ ਰਿਸ਼ਤਾ ਬਣਾਉਣਾ ਅਤੇ ਮਜ਼ਬੂਤ ਕਰਨਾ ਰੱਬ ਦੇ ਨਾਲ ਦੂਸਰੇ ਨੰਬਰ 'ਤੇ ਆਪਾਂ ਸਿੱਖਿਆ ਕਿ ਸਭ ਤੋਂ ਵੱਡੀ ਭਾਲ ਕੀ ਆ ਸਭ ਤੋਂ ਵੱਡੀ ਲੋਚ ਕੀ ਆ ਸਭ ਤੋਂ ਵੱਡੀ ਕੋਸ਼ਿਸ਼ ਕੀ ਆ ਕਿ ਤੁਹਾਨੂੰ ਮਿਲ ਜਾਏ ਰਿਸ਼ਤਾ ਰੱਬ ਦੇ ਨਾਲ ਮਜ਼ਬੂਤ ਕਰਨਾ ਰਿਸ਼ਤਾ ਕਾਇਮ ਕਰਨਾ ਤੀਸਰੇ ਨੰਬਰ 'ਤੇ ਆਪਾਂ ਪੈਸ਼ਨ ਸਭ ਤੋਂ ਵੱਡਾ ਪੈਸ਼ਨ ਸਭ ਤੋਂ ਵੱਡੀ ਲਗਨ ਤੁਹਾਡੀ ਕੀ ਹੈ ਪ੍ਰਭੂ ਯਿਸੂ ਦੇ ਨਾਲ ਰਿਸ਼ਤਾ ਇੰਨਾ ਡੂੰਘਾ ਕਰ ਲੈਣਾ ਇੰਨਾ ਡੂੰਘਾ ਕਰ ਲੈਣਾ ਕਿ ਰੱਬ ਕਿਸੇ ਨਾਲ ਵੀ ਗੱਲ ਕਰਨ ਦੇ ਵਾਸਤੇ ਤੁਹਾਨੂੰ ਚੂਜ਼ ਕਰੇ ਰੱਬ ਕਹੇ ਫਲਾਣੇ ਨੂੰ ਇਹ ਕਹਿ ਦੇ ਫਲਾਣੀ ਨੂੰ ਇਹ ਕਹਿ ਦੇ ਜਾਂ ਫੋਨ ਕਰ ਫਲਾਣੇ ਲੀਡਰ ਨੂੰ ਆਹ ਕਹਿ ਦੇ ਫਲਾਣੇ ਲੀਡਰ ਨੂੰ ਆਹ ਕਹਿ ਦੇ ਅੱਜ ਆਹ ਹੋਏਗਾ ਅੱਜ ਉਹ ਹੋਏਗਾ ਦੇਸ਼ ਵਿੱਚ ਇਹ ਹੋਏਗਾ ਤਿਆਰੀਆਂ ਕਰ ਲਓ ਟਾਈਮ ਛੇਤੀ ਆ ਮੈਂ ਆ ਰਿਹਾ ਹੈਗਾ ਆ ਆਹ ਹੋਏਗਾ ਉਹ ਹੋਏਗਾ ਰੱਬ ਤੁਹਾਡੇ ਵਿੱਚੋਂ ਦੀ ਇੱਕ ਐਸਾ ਸੇਵਕ ਖੜਾ ਕਰੇਗਾ ਜਿਹੜਾ ਦੂਸਰਿਆਂ ਤੱਕ ਪ੍ਰਭੂ ਦਾ ਸੁਨੇਹਾ ਪਹੁੰਚਾਵੇਗਾ ਲੋਕ ਬਚਾਏ ਜਾਣਗੇ ਆਹ ਦੇਖੀਏ ਸੰਤ ਲੂਕਸ ਦਸਵਾਂ ਚਪਟ ਦੇਖਾਂਗੇ ਵਰਸ 38-42 ਜੀ ਹਾਂ ਯਿਸੂ ਅਤੇ ਉਹਨਾਂ ਦੇ ਚੇਲੇ ਯਾਤਰਾ ਦੇਰਕ ਕਰਦੇ ਇੱਕ ਪਿੰਡ ਵਿੱਚ ਪਹੁੰਚੇ ਉੱਥੇ ਮਾਰਥਾ ਨਾਂ ਦੀ ਇੱਕ ਔਰਤ ਨੇ ਯਿਸੂ ਨੂੰ ਆਪਣੇ ਘਰ ਵਿੱਚ ਠਹਿਰਾਇਆ ਮਾਰਥਾ ਦੀ ਇੱਕ ਭੈਣ ਸੀ ਉਸ ਦਾ ਨਾਮ ਮਰੀਮ ਸੀ ਮਰੀਮ ਪ੍ਰਭੂ ਯਿਸੂ ਦੇ ਚਰਨਾਂ ਵਿੱਚ ਬੈਠ ਕੇ ਉਹਨਾਂ ਦਾ ਉਪਦੇਸ਼ ਸੁਣਨ ਲੱਗੀ ਪਰ ਮਾਰਥਾ ਸੇਵਾ ਕਰਦੇ ਕਰਦੇ ਘਬਰਾ ਗਈ ਉਹ ਯਿਸੂ ਕੋਲ ਆਈ ਉਸਨੇ ਕਿਹਾ ਪ੍ਰਭੂ ਜੀ ਤੁਹਾਨੂੰ ਮੇਰਾ ਫਿਕਰ ਹੀ ਨਹੀਂ ਮੇਰੀ ਭੈਣ ਨੇ ਸਾਰਾ ਕੰਮ ਕਰਨ ਦੇ ਲਈ ਮੈਨੂੰ ਕੱਲੀ ਨੂੰ ਛੱਡ ਦਿੱਤਾ ਹੈ ਉਸ ਨੂੰ ਆਖੋ ਕਿ ਉਹ ਮੇਰੀ ਮਦਦ ਕਰੇ ਪ੍ਰਭੂ ਯਿਸੂ ਨੇ ਮਾਰਥਾ ਨੂੰ ਉੱਤਰ ਦਿੱਤਾ ਮਾਰਥਾ ਮਾਰਥਾ ਤੂੰ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਚਿੰਤਾ ਕਰਦੀ ਹੈ ਅਤੇ ਪਰੇਸ਼ਾਨ ਰਹਿੰਦੀ ਹੈ ਕੇਵਲ ਇੱਕ ਹੀ ਚੀਜ਼ ਦੀ ਲੋੜ ਹੈ ਜੋ ਉੱਤਮ ਹੈ ਮਰੀਮ ਨੇ ਉਸੇ ਨੂੰ ਚੁਣ ਲਿਆ ਹੈ ਉਹ ਉਸ ਤੋਂ ਖੋਹੀ ਨਹੀਂ ਜਾਵੇਗੀ ਉਹ ਤੋਂ ਖੋਹੀ ਨਹੀਂ ਜਾਏਗੀ ਪ੍ਰਭੂ ਦੇ ਭੈਣੋ ਇੱਕ ਸਮਾਂ ਆ ਜਾਂਦਾ ਆ ਕਿ ਪਰਮੇਸ਼ੁਰ ਦੀ ਹਜ਼ੂਰੀ ਤੁਹਾਡੇ ਉੱਤੇ ਇੰਨੀ ਸਟਰੋਂਗਲੀ ਆ ਜਾਂਦੀ ਆ ਇੰਨੀ ਸਟਰੋਂਗਲੀ ਆ ਜਾਂਦੀ ਆ ਤੁਸੀਂ ਉਹਦੇ 'ਚ ਮਗਨ ਹੋ ਜਾਂਦੇ ਹੋ ਪੂਰੀ ਤਰ੍ਹਾਂ ਦੇ ਨਾਲ ਉਹ ਸਮਾਂ ਪ੍ਰਭੂ ਦੇ ਭੈਣੋ ਪ੍ਰਭੂ ਦੇ ਚਰਨਾਂ 'ਚ ਬਹਿਣ ਦਾ ਸਮਾਂ ਆ ਉਹ ਸਮਾਂ ਪਰਮੇਸ਼ੁਰ ਦੀਆਂ ਗੱਲਾਂ ਸੁਣਨ ਦਾ ਸਮਾਂ ਆ ਜਿਹੜੀ ਮਰੀਆ ਸੀਗੀ ਉਹ ਪ੍ਰਭੂ ਦੇ ਚਰਨਾਂ ਦੇ ਵਿੱਚ ਬੈਠ ਕੇ ਪ੍ਰਭੂ ਦੀਆਂ ਗੱਲਾਂ ਸੁਣ ਰਹੀ ਸੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਰੱਬ ਦੇ ਚਰਨਾਂ 'ਚ ਬਹਿ ਕੇ ਰੱਬ ਦੀਆਂ ਗੱਲਾਂ ਨੂੰ ਸੁਣਨਾ ਆਮੇਨ ਜਿੰਨਾ ਜ਼ਿਆਦਾ ਤੁਹਾਡਾ ਰਿਸ਼ਤਾ ਤਕੜਾ ਹੋਵੇਗਾ ਰੱਬ ਨਾਲ ਓਨਾ ਜ਼ਿਆਦਾ ਤੁਹਾਡਾ ਦਿਲ ਕਰੇਗਾ ਰੱਬ ਦੀਆਂ ਗੱਲਾਂ ਸੁਣਨ ਨੂੰ
ਜਿੰਨਾ ਘੱਟ ਤੁਹਾਡਾ ਰੱਬ ਦੀਆਂ ਗੱਲਾਂ ਸੁਣਨ ਨੂੰ ਦਿਲ ਕਰੇਗਾ ਓਨਾ ਘੱਟ ਤਕੜਾ ਰਿਸ਼ਤਾ ਹੋਣਾ ਉਹਦੇ ਨਾਲ। ਸਭ ਤੋਂ ਵੱਡਾ ਮਕਸਦ ਰੱਬ ਦੇ ਨਾਲ ਰਿਸ਼ਤਾ, ਸਭ ਤੋਂ ਵੱਡਾ ਵੱਡੀ ਲਗ, ਸਭ ਤੋਂ ਵੱਡੀ ਕੋਸ਼ਿਸ਼ ਰੱਬ ਦੇ ਨਾਲ ਰਿਸ਼ਤਾ, ਸਭ ਤੋਂ ਵੱਡੀ ਪਾਲ ਰੱਬ ਦੇ ਨਾਲ ਰਿਸ਼ਤਾ, ਸਭ ਤੋਂ ਵੱਡਾ ਪੈਸ਼ਨ ਰੱਬ ਦੇ ਨਾਲ ਰਿਸ਼ਤਾ। ਇਹਦੇ ਬਾਅਦ ਕੁਛ ਹੋਰ ਨਾ ਹੋਵੇ। ਜਿੰਨਾ ਮਜ਼ਬੂਤ ਤੁਹਾਡਾ ਰਿਸ਼ਤਾ ਹੋ ਗਿਆ ਓਨਾ ਹੀ ਤੁਹਾਡਾ ਦਿਲ ਕਰੇਗਾ ਪ੍ਰਭੂ ਦੇ ਚਰਨਾਂ 'ਚ ਪੈਣਾ, ਤੁਹਾਡਾ ਦਿਲ ਕਰੇਗਾ ਮੈਂ ਉਹਦੀ ਆਵਾਜ਼ ਨੂੰ ਸੁਣਾ। ਗਈ ਸੀ ਕੰਪਲੇਂਟ ਲੈ ਕੇ ਮਿਸਿਸ ਮਾਰਤਾ, ਮਿਸਿਸ ਮਾਰਤਾ ਰਾਣੀ ਕੰਪਲੇਂਟ ਲੈ ਕੇ ਗਈ, ਪ੍ਰਭੂ ਜੀ ਦੇਖ ਲਓ ਸਵੇਰ ਤੋਂ ਲੈ ਕੇ ਲੱਗੀ ਹੋਈ ਆ, ਥੱਕ ਗਈ ਕੰਮ ਕਰਦੀ ਕਰਦੀ, ਆਹ ਦੇਖ ਲਓ ਹੱਥ ਛਾਲੇ ਨਿਕਲਿਆ, ਆ ਪੈਰ ਦੇਖ ਲਓ ਸੁੱਜ ਗਏ ਨੇ ਪੂਰੀ ਤਰ੍ਹਾਂ ਦੇ ਨਾਲ, ਸਵੇਰ ਤੋਂ ਲੈ ਕੇ ਪ੍ਰਭੂ ਜੀ ਸੇਵਾ ਕਰ ਕਰਕੇ ਕਰ ਕਰਕੇ ਦੇਖ ਲਓ ਆਹ ਹਾਲ ਹੋ ਗਿਆ। ਆਹ ਦੇਖੀ ਤੁਸੀਂ ਬੈਠੀ ਜਿਹੜੀ ਇੱਥੇ ਇੱਕ ਦਾਣਾ ਤੱਕ ਨਹੀਂ ਪਿਸਵਾਇਆ, ਇੱਕ ਚਾਹ ਗਲਾਸ ਪਿਲਾ, ਚਾਹ ਦਾ ਗਲਾਸ ਵੀ ਪਿਲਾਤਾ ਹੋਵੇ ਕਿਤੇ, ਨਾ ਬਿਲਕੁਲ ਨਹੀਂ, ਚੁੱਪ ਕਰਕੇ ਬੈਠੀ ਹੈ ਇੱਥੇ, ਇਹਦਾ ਕੋਈ ਕੰਮ ਹੀ ਨਹੀਂ ਗਾ ਕੋਈ ਹੋਰ, ਪਤਾ ਨਹੀਂ ਹੋਰ ਕੀ ਕੁਛ ਕਿਹਾ ਹੋਏਗਾ। ਪ੍ਰਭੂ ਯਸੂ ਨੇ ਪਤਾ ਕੀ ਕਿਹਾ ਨੂੰ, ਵਾਕਿਆ ਸਹੀ ਕਿਹਾ ਤੂੰ ਮਾਰਤਾ ਰਾਣੀ, ਸਹੀ ਕਿਹਾ, ਓਏ ਤੂੰ ਇੱਥੇ ਬੈਠੀ ਟਾਈਮ ਵੇਸਟ ਕਰੀ ਜਾਂਦੀ ਆ, ਸਵੇਰ ਤੋਂ ਲੱਗੇ ਦੁਪਹਿਰ ਤੱਕ ਇੱਥੇ ਬੈਠੀ ਗਈ, ਜਾਓ ਨਿਕਲੋ ਨਿਕਲੋ ਕੰਮ ਕਰੇ ਜਾ ਕੇ। ਨਹੀਂ ਨਹੀਂ, ਪ੍ਰਭੂ ਨੇ ਧਰਮ ਦੇ ਡਾਇਲੋਗ ਨਹੀਂ ਬੋਲੇ, ਧਰਮਾਂ ਦੇ ਵਿੱਚ ਇਹ ਚੀਜ਼ ਨੂੰ ਅਹਿਮੀਅਤ ਦਿੱਤੀ ਹੁੰਦੀ ਹੈ, ਹਾਂ ਸੇਵਾ ਕਰਾਓ, ਕੰਮ ਕਰਾਓ, ਆਹ ਕਰਾਓ, ਉਹ ਕਰਾਓ, ਪਰਮੇਸ਼ੁਰ ਦੇ ਵਿੱਚ ਸਭ ਤੋਂ ਜ਼ਿਆਦਾ ਅਹਿਮੀਅਤ, ਸਭ ਤੋਂ ਜ਼ਿਆਦਾ ਇੰਪੋਰਟੈਂਸ ਉਹਦੇ ਸ਼ਬਦਾਂ ਨੂੰ ਦਿੱਤੀ ਗਈ ਆ, ਉਹਦੇ ਵਚਨਾਂ ਨੂੰ ਦਿੱਤੀ ਗਈ ਆ, ਉਹਦੇ ਬੋਲਾਂ ਨੂੰ ਦਿੱਤੀ ਗਈ ਆ, ਉਹਦੀਆਂ ਗੱਲਾਂ ਨੂੰ ਦਿੱਤੀ ਗਈ ਆ। ਪ੍ਰਭੂ ਦੀਆਂ ਗੱਲਾਂ ਸੁਣੀਏ, ਪ੍ਰਭੂ ਦੇ ਚਰਨਾਂ 'ਚ ਬੈਠੀਏ, ਪਰਮੇਸ਼ੁਰ ਦੀ ਹਜ਼ੂਰੀ ਵਿੱਚ ਬਹਿਣਾ, ਪਰਮੇਸ਼ੁਰ ਦੀਆਂ ਗੱਲਾਂ ਸੁਣਨੀਆਂ, ਇਹ ਤੋਂ ਵੱਡੀ ਬਰਕਤ ਭੈਣੇ ਹੋਰ ਕੋਈ ਨਹੀਂ ਗੀ। ਮੈਨੂੰ ਪਤਾ ਕਿ ਜਿੰਨੇ ਵੀ ਭੈਣ ਭਰਾ ਸੇਵਾ ਵਿੱਚ ਲੱਗੇ ਨੇ ਉਹਨਾਂ ਦਾ ਦਿਲ ਤਾਂ ਹੀ ਕਰਦਾ ਹੈ ਕਿ ਬਹਿ ਜਾਈਏ ਬਸ, ਪਰ ਪਾਸਟਰ ਜੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਨੰਦ ਬਹੁਤ ਆਉਂਦਾ ਹੈ, ਦਿਲ ਨਹੀਂ ਕਰਦਾ ਹੁੰਦਾ ਛੱਡਣ ਦਾ, ਦਿਲ ਨਹੀਂ ਕਰਦਾ ਹੁੰਦਾ ਉੱਠਣ ਦਾ। ਕੁਛ ਹਫ਼ਤਿਆਂ ਦੀ ਗੱਲ ਆ, ਅਸੀਂ ਇੱਕ ਮੀਟਿੰਗ 'ਚ ਗਏ ਸੀਗੇ, ਮੀਟਿੰਗ ਖਤਮ ਕੀਤੀ ਅਤੇ ਉਹ ਤੋਂ ਬਾਅਦ ਲੋਕਾਂ ਲਈ ਪ੍ਰੇ ਕੀਤੀ, ਅਤੇ ਤਕਰੀਬਨ ਉੱਥੇ 100-150 ਬੱਚੇ ਸੀ ਖਾਸ ਆਏ ਹੋਏ, ਉਹਨਾਂ ਲਈ ਪ੍ਰੇ ਕੀਤੀ, ਬਹੁਤਾਂ ਨੂੰ ਰੱਬ ਨੇ ਛੂਇਆ ਅਤੇ ਬਹੁਤਾਂ ਨੂੰ ਰੱਬ ਦਾ ਬਟੂਰ ਮਿਲਿਆ, ਕੁਛ ਬਦਰੂਆਂ ਵੀ ਨਿਕਲੀਆਂ, ਲੋਕ ਹੀਲ ਹੋਏ, ਅਤੇ ਫਿਰ ਕੁਛ ਲੋਕਾਂ ਨੂੰ ਵਿਜ਼ਨਸ ਮਿਲਣੇ ਸ਼ੁਰੂ ਹੋ ਗਏ, ਅਤੇ ਉਹ ਥੱਲੇ ਪਏ ਹੋਏ ਸੀਗੇ ਅਤੇ ਉਹ ਕਹਿ ਰਹੇ ਸੀਗੇ ਥੱਲੇ ਪਏ ਕਿ ਉਹ ਸਾਨੂੰ ਰੱਬ ਦੀ ਰਿਹਾ ਜਾਂ ਸਾਨੂੰ ਏਂਜਲਸ ਦੀ ਰਹੇ ਨੇ ਜਾਂ ਸਾਨੂੰ ਕੁਛ ਇੱਦਾਂ। ਅਤੇ ਫਿਰ ਨੋਰਮਲੀ ਮੈਂ ਕੋਸ਼ਿਸ਼ ਕਰਦਾ ਉਹਨਾਂ ਵਿੱਚ ਸਾਰਿਆਂ ਲਈ ਪ੍ਰੇ ਕਰਕੇ ਸਾਰਿਆਂ ਨੂੰ ਮਿਨਿਸਟਰ ਕਰਕੇ ਅਤੇ ਫਿਰ ਮੈਂ ਜਾਵਾਂ। ਅਤੇ ਫਿਰ ਉੱਥੇ ਕੁਛ ਹਜੇ ਵੀ ਬੱਚੇ ਪਏ ਹੋਏ ਸੀਗੇ ਥੱਲੇ ਰੂਹ ਦੇ ਵਿੱਚ, ਅਤੇ ਮੈਂ ਕਿਹਾ ਚਲੋ ਉਠਾਓ ਇਹਨਾਂ ਨੂੰ ਹੈ ਨਾ, ਅਤੇ ਰਾਤ ਦੇ ਤਕਰੀਬਨ 12 ਵੱਜ ਚੁੱਕੇ ਸੀਗੇ, ਅਤੇ ਉਠਾਇਆ ਇੱਕ ਦੋ ਹੋਰ ਕੁੜੀਆਂ ਸੀਗੀਆਂ ਜਿਹੜੀਆਂ ਪਈਆਂ ਸੀ, ਅਤੇ ਉਹ ਉੱਠਣ ਛਾਣ ਰੋਈ ਜਾਣ, ਵਿਜ਼ਨਸ ਆਈ ਜਾਣ, ਨਾ ਆਈ ਜਾਣ। ਮੈਂ ਆਦਮ ਕਿਹਾ ਵੀ ਤੂੰ ਦੇਖ ਇਹਨਾਂ ਨੂੰ, ਅਤੇ ਮੈਂ ਤੱਕ ਗੱਡੀ 'ਚ ਬਹਿਣਾ ਆ, ਅਤੇ ਜਦੋਂ ਅੱਧਾ ਘੰਟਾ ਹੋ ਗਿਆ, ਘੰਟਾ ਹੋਇਆ, ਉਹ ਆਈ ਨਹੀਂ, ਕਹਿੰਦੀ ਉਹ ਤਾਂ ਹੋਰ ਹੀ ਜ਼ਿਆਦਾ ਪ੍ਰੋਫੈਟਿਕ ਵਿੱਚ ਜਾਈ ਜਾ ਰਹੀਆਂ ਨੇ, ਪ੍ਰੋਫੈਸੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਉਹਨਾਂ ਦੀਆਂ। ਮੈਂ ਫਿਰ ਉਹਨੂੰ ਕਿਹਾ ਵੀ ਅਸੀਂ ਕਹਿ ਵੀ ਕੋਈ ਪਾਸਟਰ ਨੀ ਨੂੰ ਉੱਥੇ ਹੋਰ ਬਿਠਾ ਦੇ, ਵੀ ਜਦ ਤੱਕ ਇਹ ਪੂਰਾ ਪਰਮੇਸ਼ੁਰ ਮਿਨਿਸਟਰ ਨਾ ਕਰ ਲਏ ਤਦ ਤੱਕ ਇਹਨਾਂ ਨੂੰ ਖਾਲੀ ਨਹੀਂ ਛੱਡਣਾ, ਇਕੱਲਿਆਂ ਨੂੰ ਛੱਡਣਾ। ਅਤੇ ਕਹਿੰਦੇ ਠੀਕ ਹੈ, ਬਾਅਦ ਜਾ ਕੇ ਸਾਨੂੰ ਪਤਾ ਲੱਗਾ ਸਵੇਰ ਤੱਕ ਪ੍ਰੋਫੈਸੀ ਕਰਦੀਆਂ ਰਹੀਆਂ ਉੱਥੇ ਦੇਖ ਲਓ ਤੁਸੀਂ। ਯਾਨੀ ਕਿ ਆਪਾਂ ਇੱਕ ਐਸੇ ਮੋਡਰਨਿਜ਼ਮ 'ਚ ਆ ਗਏ ਹਾਂ ਜਿੱਥੇ ਆਪਾਂ ਨੂੰ ਸਭ ਕੁਛ ਕੁਇਕ ਚਾਹੀਦਾ ਹੁੰਦਾ ਹੈ, ਇੰਸਟੈਂਟ ਕੌਫੀ, ਇੰਸਟੈਂਟ ਬਰਗਰ, ਅਤੇ ਅੱਜ ਕੱਲ੍ਹ ਤਾਂ ਪਕੌੜੇ ਵੀ ਜੇ ਮੱਛੀ ਖਾਣੇ ਹੋਣ ਤਾਂ 2 ਮਿੰਟਾਂ 'ਚ ਮਿਲ ਜਾਂਦੇ ਨੇ, ਛੋਲੇ ਭਟੂਰੇ 2 ਮਿੰਟਾਂ 'ਚ ਮਿਲ ਜਾਂਦੇ ਨੇ, ਪਕੌੜੇ ਬਣਾਉਣੇ ਹੋਣ 2 ਮਿੰਟਾਂ 'ਚ ਮਿਲ ਜਾਂਦੇ ਨੇ, ਐਵਰੀਥਿੰਗ ਸੋ ਕੁਇਕ। ਲੇਕਿਨ ਰੱਬ ਨਾਲ ਨਹੀਂ, ਜੀਸਸ ਕ੍ਰਾਈਸਟ ਇਜ਼ ਦਾ ਸੇਮ ਯੈਸਟਰਡੇ, ਟੂਡੇ ਐਂਡ ਫੋਰ ਐਵਰ। ਰੱਬ ਨੂੰ ਆਪਣਾ ਸਮਾਂ ਦੇਣਾ ਪਏਗਾ। ਬਰਕਤ ਚਾਹੁੰਦੇ ਆਪਣੇ ਬੱਚਿਆਂ ਦੇ ਲਈ, ਬਰਕਤ ਚਾਹੁੰਦੇ ਹੋ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ, ਬਰਕਤ ਚਾਹੁੰਦੇ ਆਪਣੇ ਹਸਬੈਂਡ ਵਾਈਫ ਲਈ, ਬਰਕਤ ਚਾਹੁੰਦੇ ਸਮਾਂ ਲਾਉਣਾ ਪਏਗਾ, ਗੋਡੀਆਂ ਲਾਉਣੀਆਂ ਪੈਣਗੀਆਂ ਪ੍ਰਭੂ ਦੇ ਚਰਨਾਂ ਵਿੱਚ। 12 ਸਾਲ ਦਾ ਸੀ ਪ੍ਰਭੂ ਯਸੂ ਛੋਟੇ,
ਗਏ ਸੀਗੇ ਜਰੂਸਲਮ ਸਾਰੇ ਪਰਿਵਾਰ ਨਾਲ, ਵਾਪਿਸ ਹੀ ਨਹੀਂ ਆਏ ਉੱਥੋਂ। ਤਿੰਨ ਦਿਨ ਤਿੰਨ ਰਾਤਾਂ ਹੈਕਲ ਦੇ ਵਿੱਚ ਬੈਠ ਕੇ ਲੋਕਾਂ ਦੇ ਨਾਲ ਕੁਐਸਚਨਸ ਕਰ ਰਹੇ ਸੀਗੇ, ਇਹਨੂੰ ਤੁਸੀਂ ਕਿੱਦਾਂ ਅੰਡਰਸਟੈਂਡ ਕਰਦੇ ਹੋ, ਵਟ ਇਜ਼ ਦ ਮੀਨਿੰਗ ਆਫ ਦਿਸ, ਵਟ ਇਜ਼ ਦ ਮੀਨਿੰਗ ਆਫ ਦੈਟ, ਵਟ ਇਜ਼ ਦ ਮੀਨਿੰਗ। ਇੰਨਾ ਵੀ ਟਾਈਮ ਨਹੀਂ ਸੀਗਾ ਵੀ ਟੈਕਸਟ ਮੈਸੇਜ ਮਾਰਦਿਆਂ SMS ਮੈਂ ਆਪਣੀ ਮਾਤਾ ਮਰੀਅਮ ਨੂੰ ਤਾਂ ਕਿ ਫਿਕਰ ਨਾ ਕਰਨ। ਤਿੰਨ ਦਿਨ ਬਾਅਦ ਆਉਂਦੇ ਨੇ ਜੀ, ਦੇਖ ਲਓ ਕਿੰਨਾ ਇੰਪੋਰਟੈਂਟ ਸੀ ਪ੍ਰਭੂ ਦੇ ਲਈ ਟਾਈਮ ਬਤੀਤ ਕਰਨਾ ਚਰਨਾਂ ਦੇ ਵਿੱਚ ਰੱਬ ਦੇ। ਅਤੇ ਇਹ ਬੱਚਾ ਪਰਮੇਸ਼ੁਰ ਦੇ ਵਿੱਚ ਕਿਰਪਾ ਦੇ ਵਿੱਚ, ਇਨਸਾਨਾਂ ਦੇ ਨਾਲ ਕਿਰਪਾ ਦੇ ਵਿੱਚ ਵਾਧਾ ਗਿਆ। ਅੱਗੇ ਦੇਖਾਂਗੇ, ਕੂਚ ਦੀ ਕਿਤਾਬ ਦੇ ਵਿੱਚ ਜਾਵਾਂਗੇ, 19ਵਾਂ ਚੈਪਟਰ ਅਤੇ ਉਹਦੇ 5ਵਾਂ ਅਤੇ 6ਵਾਂ ਵਰਸ ਆਪਾਂ ਦੇਖਾਂਗੇ। ਕੂਚ 19ਵਾਂ ਚੈਪਟਰ 5ਵਾਂ ਅਤੇ 6ਵਾਂ ਵਰਸ, ਜੀ ਹਾਂ, ਹੁਣ ਜੇਕਰ ਤੁਸੀਂ ਮੇਰੇ ਨੇਮ ਦੀ ਪਾਲਣਾ ਕਰੋਗੇ ਅਤੇ ਮੇਰੀ ਆਵਾਜ਼ ਸੁਣੋਗੇ ਤਾਂ ਤੁਸੀਂ ਮੇਰੇ ਖਾਸ ਚੁਣੇ ਹੋਏ ਲੋਕ ਠਹਿਰੋਗੇ, ਬੇਸ਼ੱਕ ਸਭ ਧਰਤੀ ਵਾਸੀ ਮੇਰੇ ਹੀ ਹਨ, ਪਰ ਤੁਸੀਂ ਮੇਰੇ ਲਈ ਇੱਕ ਪਵਿੱਤਰ ਕੌਮ ਅਤੇ ਸ਼ਾਹੀ ਪੁਰੋਹਿਤ ਠਹਿਰੋਗੇ। ਸੋ ਇਹ ਸਭ ਗੱਲਾਂ ਤੂੰ ਇਜ਼ਰਾਈਲੀ ਲੋਕਾਂ ਨੂੰ ਕਹਿ। ਇਹ ਉਦੋਂ ਦੀ ਗੱਲ ਹੈਗੀ ਹੈ ਜਦੋਂ ਪਰਮੇਸ਼ਰ ਨੇ ਮੂਸਾ ਨੂੰ ਕਿਹਾ ਸੀ ਕਿ ਵੀ ਹੁਣ ਸਾਰਿਆਂ ਨੂੰ ਮੇਰੇ ਕੋਲ ਲਿਆ ਪਹਾੜ ਤੇ, ਕਿਉਂਕਿ ਹੁਣ ਇਹ ਸਾਰੇ ਜਿਹੜੇ ਹੈਗੇ ਨੇ ਇਹ ਖਾਸ ਕੌਮ ਆ, ਇਹ ਚੁਣੀ ਹੋਈ ਕੌਮ ਆ, ਮੈਂ ਇਹਨਾਂ ਨੂੰ ਬਹੁਤ ਬਰਕਤਾਂ ਦਊਂਗਾ ਕਿਉਂਕਿ ਹੁਣ ਇਹਨਾਂ ਦਾ ਰਿਸ਼ਤਾ ਤੇ ਮੇਰਾ ਰਿਸ਼ਤਾ ਇੱਕ ਹੋ ਜਾਣਾ ਆ। ਹੁਣ ਇਹ ਮੇਰੀ ਸਿੱਧੀ ਆਵਾਜ਼ ਨੂੰ ਸੁਣਨਗੇ, ਮੈਂ ਇਹਨਾਂ ਦੀ ਸਿੱਧੀ ਆਵਾਜ਼ ਨੂੰ ਸੁਣਾਂਗਾ। ਆ ਜਾਓ ਸਾਰੇ, ਮੂਸਾ ਕਹਿੰਦਾ ਆਓ ਚੱਲੀਏ ਪਹਾੜ ਤੇ, ਉਹ ਤਾਂ ਅੜ ਗਏ ਸਾਰੇ ਜਾਣੇ, ਅਸੀਂ ਨਹੀਂ ਜਾਂਦੇ, ਸਾਨੂੰ ਤਾਂ ਡਰ ਲੱਗਦਾ, ਆ ਦੇਖ ਕਿੱਦਾਂ ਥਰਥਰਾਉਂਦਾ ਪਿਆ ਸਾਰਾ ਪਹਾੜ। ਉਹ ਜਦੋਂ ਤੂੰ ਰੱਬ ਨਾਲ ਗੱਲ ਕਰਕੇ ਨਾ, ਤੇਰਾ ਤੇਰਾ ਚਿਹਰਾ ਜਿਹੜਾ ਫਲੈਸ਼ ਲਾਈਟਾਂ ਮਾਰ ਰਿਹਾ ਹੁੰਦਾ, ਸਾਡੇ ਤਾਂ ਦਿਲ ਡਰਦੇ ਨੇ, ਹਾਂ ਛੱਤੋਂ ਨਹੀਂ ਸਹਿ ਹੋਣੀ ਉਹ, ਅਸੀਂ ਨਹੀਂ ਜਾਣਾ, ਅੜ ਗਏ ਸਾਰੇ ਸਾਰੇ, ਤੂੰ ਹੀ ਜਾ ਮੂਸਾ ਨੂੰ ਕਹਿੰਦੇ, ਤੂੰ ਹੀ ਗੱਲ ਰੱਬ ਦੇ ਨਾਲ। ਲੇਕਿਨ ਰੱਬ ਨੇ ਸ਼ੁਰੂ 'ਚ ਕੀ ਕਿਹਾ ਸੀ, ਰੱਬ ਨੇ ਕਿਹਾ ਸੀਗਾ ਕਿ ਮੈਂ ਆਪਣੀ ਆਵਾਜ਼ ਸਾਰਿਆਂ ਨੂੰ ਸੁਣਾਵਾਂਗਾ, ਉਹ ਸਾਰੇ ਹੀ ਮੇਰੀ ਪ੍ਰਜਾ ਬਣਨਗੇ, ਸਾਰੇ ਮੇਰੀ ਨਬੀ ਬਣਨਗੇ, ਸਾਰੇ ਮੇਰੀ ਖਾਸ ਪ੍ਰਜਾ ਬਣਨਗੇ। ਜਾ ਕਹਿ ਰਹੇ ਉਹਨਾਂ ਨੂੰ, ਸ਼ਾਇਦ ਰੱਬ ਦੇ ਦਿਲ ਵਿੱਚ ਲੱਡੂ ਫੁੱਟ ਰਹੇ ਹੋਣਗੇ, ਵਾਓ ਸਾਰੇ ਮੇਰੀ ਪ੍ਰਜਾ ਬਣ ਜਾਣਗੇ, ਸਾਰਿਆਂ ਨਾਲ ਮੈਂ ਗੱਲਬਾਤ ਕਰਾਂਗਾ, ਸਾਰਿਆਂ ਨਾਲ ਮੇਰਾ ਰਿਸ਼ਤਾ ਹੋਏਗਾ, ਵਾਓ। ਉਹ ਕਹਿੰਦੇ ਅਸੀਂ ਨਹੀਂ ਜਾਣਾ, ਸੋਚੋ ਰੱਬ ਦੇ ਦਿਲ 'ਚ ਕੀ ਬੀਤੀ ਹੋਏਗੀ। ਇੱਕ ਵਾਰ ਫਿਰ ਪੜਾਂਗੇ ਵਰਸੇ 5-6 ਉਹਨੇ ਦਾ। ਹੁਣ ਜੇਕਰ ਤੁਸੀਂ ਮੇਰੇ ਨੇਮ ਦੀ ਪਾਲਣਾ ਕਰੋਗੇ ਅਤੇ ਮੇਰੀ ਆਵਾਜ਼ ਸੁਣੋਗੇ ਤਾਂ ਤੁਸੀਂ ਮੇਰੇ ਖਾਸ ਚੁਣੇ ਹੋਏ ਲੋਕ ਠਹਿਰੋਗੇ, ਬੇਸ਼ੱਕ ਸਭ ਧਰਤੀ ਵਾਸੀ ਮੇਰੇ ਹੀ ਹਨ, ਪਰ ਤੁਸੀਂ ਮੇਰੇ ਲਈ ਇੱਕ ਪਵਿੱਤਰ ਕੌਮ ਅਤੇ ਸ਼ਾਹੀ ਪੁਰੋਹਿਤ ਠਹਿਰੋਗੇ। ਸੋ ਇਹ ਸਭ ਗੱਲਾਂ ਤੂੰ ਇਜ਼ਰਾਈਲੀ ਲੋਕਾਂ ਨੂੰ ਕਹਿ। ਐਕਸੋਡਸ ਚੈਪਟਰ 20 ਵਿੱਚ ਜਾਵਾਂਗੇ, 19ਵੇਂ ਵਰਸ ਤੋਂ ਲੈ ਕੇ 21ਵੇਂ ਵਰਸ ਪੜਾਂਗੇ ਆਪਾਂ। ਐਕਸੋਡਸ 20 ਵਰਸ 19-21, ਜੀ ਹਾਂ। ਉਹਨਾਂ ਨੇ ਮੂਸਾ ਨੂੰ ਕਿਹਾ, ਸਾਡੇ ਨਾਲ ਤੂੰ ਹੀ ਗੱਲਬਾਤ ਕਰ, ਅਸੀਂ ਮਰ ਜਾਵਾਂਗੇ ਜੇਕਰ ਪਰਮੇਸ਼ਰ ਸਾਡੇ ਨਾਲ ਕਰੇਗਾ। ਮੂਸਾ ਨੇ ਲੋਕਾਂ ਨੂੰ ਕਿਹਾ, ਤੁਸੀਂ ਡਰੋ ਨਾ, ਪਰਮੇਸ਼ਰ ਤੁਹਾਨੂੰ ਕੇਵਲ ਪਰਖਣ ਆਇਆ ਕਿ ਤੁਸੀਂ ਹਮੇਸ਼ਾ ਉਸ ਤੋਂ ਡਰੋ ਅਤੇ ਪਾਪ ਨਾ ਕਰੋ। ਪਰ ਲੋਕ ਦੂਰ ਹੀ ਖੜੇ ਰਹੇ ਅਤੇ ਮੂਸਾ ਘੁੱਪ ਹਨੇਰੇ ਕੋਲ ਗਿਆ ਜਿੱਥੇ ਪਰਮੇਸ਼ਰ ਸੀ। ਲੋਕ ਦੂਰ ਹੀ ਖੜੇ ਰਹੇ, ਲੋਕ ਰੱਬ ਦੇ ਨੇੜੇ ਆਉਣਾ ਹੀ ਨਹੀਂ ਚਾਹੁੰਦੇ। ਸਾਰੀਆਂ ਬਰਕਤਾਂ ਜਿਹੜੀ ਰੱਬ ਉਹਨਾਂ ਨੂੰ ਦੇਣਾ ਚਾਹੁੰਦਾ ਆ ਉਹ ਗੁਆ ਲੈਂਦੇ ਨੇ। ਜੇ ਦੂਰ ਹੀ ਖੜੇ ਰਹਾਂਗੇ ਰੱਬ ਤੋਂ, ਆਪਣੇ ਤਾਲੁਕਾ ਤਕੜੇ ਨਹੀਂ ਹੋਣਗੇ, ਆਪਣੇ ਬੱਚੇ ਤਰੱਕੀ ਨਹੀਂ ਕਰਨਗੇ। ਆਪ ਵੀ ਨੇੜੇ ਨੂੰ ਆਈਏ, ਅਤੇ ਰੱਬ ਕਹਿੰਦਾ ਜੇ ਤੁਸੀਂ ਨੇੜੇ ਨੂੰ ਆਓਗੇ ਤਾਂ ਮੈਂ ਵੀ ਤੁਹਾਡੇ ਨੇੜੇ ਨੂੰ ਆਵਾਂਗਾ। ਅਤੇ ਜੇ ਰੱਬ ਆਪਣੇ ਨੇੜੇ ਨੂੰ ਆਏਗਾ, ਆਪਾਂ ਹੀ ਨਹੀਂ ਬਲਕਿ ਆਪਣਾ ਘਰਾਣਾ ਵੀ ਰੱਬ ਦੇ ਨੇੜੇ ਨੂੰ ਆਏਗਾ, ਆਪਣੇ ਬੱਚੇ ਵੀ ਰੱਬ ਦੇ ਨੇੜੇ ਨੂੰ ਆਉਣਗੇ, ਆਪਣੇ ਪਰਿਵਾਰ ਵੀ ਰੱਬ ਦੇ ਨੇੜੇ ਨੂੰ ਆਵਾਂਗੇ। ਆਮੇਨ। ਸੋ ਪ੍ਰਭੂ ਦੇ ਪਰਮ, ਸਭ ਤੋਂ ਜ਼ਿਆਦਾ ਇੰਪੋਰਟੈਂਟ, ਸਭ ਤੋਂ ਜ਼ਿਆਦਾ ਖਾਸ ਬਾਈਬਲ ਦੇ ਵਿੱਚ ਤਾਲੁਕਾਤ ਰੱਬ ਦੇ ਨਾਲ, ਰੱਬ ਤਾਲੁਕਾਤ ਬਣਾਉਣਾ ਆਇਆ ਸੀ। ਰੱਬ ਨੇ ਮੂਸੇ ਨੂੰ ਕਿਹਾ ਸੀ, ਇਹਨਾਂ ਨੂੰ ਕਹਿ ਇਹ ਵੀ ਆ ਜਾਣ, ਇਹਨਾਂ ਦਾ ਵੀ ਤਾਲੁਕਾਤ ਬਣ ਜੂਗਾ, ਰਿਸ਼ਤਾ ਬਣ ਕੇ ਕੰਮ ਕਰ ਲਾਂਗੇ, ਮੈਂ ਸਾਰਿਆਂ ਨਾਲ ਪਰਸਨਲੀ ਗੱਲ ਕਰਾਂਗਾ, ਇੰਡੀਪੈਂਡੈਂਟਲੀ ਗੱਲ ਕਰਾਂਗਾ। ਉਹ ਕਹਿੰਦੇ ਨੋ ਸਰ, ਬੰਦਾ ਇੱਕੋ ਹੀ ਆ ਸਾਡਾ, ਇਹੀ ਪ੍ਰਾਈਮ ਮਿਨਿਸਟਰ ਜਾਊਗਾ, ਤੇਰੇ ਨਾਲ ਗੱਲ ਕਰੂਗਾ, ਵਾਪਸ ਆ ਜਾਊਗਾ, ਸਾਨੂੰ ਦੱਸੂ ਕੀ ਕਰਨਾ ਕੀ ਕਰਨਾ, ਅਸੀਂ ਕਰ ਲਾਂਗੇ।
ਆਖਿਰ ਵਿੱਚ ਜਾ ਕੇ ਜਦੋਂ ਇਹ ਸਾਰਾ ਕੁਛ ਉਹਨਾਂ ਤੋਂ ਹੋਇਆ ਹੀ ਨਹੀਂ, ਕਿਉਂਕਿ ਰੱਬ ਤੋਂ ਰੱਬ ਦੀ ਆਵਾਜ਼ ਤੋਂ ਬਿਨਾਂ ਕਿਹੜਾ ਕੰਮ ਉਹਨੂੰ ਪੂਰਾ ਕਰ ਸਕਦਾ ਬੰਦਾ। ਬਾਅਦ ਵਿੱਚ ਜਾ ਕੇ ਪ੍ਰਭੂ ਯਿਸੂ ਮਸੀਹ ਜੀ ਆਉਂਦੇ ਨੇ, ਦੁਆਰਾ ਫਿਰ ਤਾਲੁਕਾਤ ਲੈ ਕੇ, ਦੁਆਰਾ ਫਿਰ ਜਿਹੜਾ ਇਨਸਾਨ ਆਪਣਾ ਦਿਲ ਖੋਲ੍ਹ ਕੇ ਪ੍ਰਭੂ ਯਿਸੂ ਮਸੀਹ ਜੀ ਨੂੰ ਮੁਕਤੀ ਦਾ ਤਾਂ ਸਵੀਕਾਰ ਕਰ ਲੈਂਦਾ, ਉਸਦੇ ਪਾਪ ਮਾਫ ਹੋ ਜਾਂਦੇ ਨੇ ਤੇ ਉਸ ਦੀ ਰੂਹ ਦੇ ਵਿੱਚ ਪਰਮ ਆਤਮਾ ਉਤਰ ਆਉਂਦਾ ਆ। ਰੱਬ ਦਾ ਪਰਮਾਤਮਾ ਉਹਦੇ ਵਿੱਚ ਉਤਰ ਆਉਂਦਾ ਆ, ਇੱਕ ਤਾਲੁਕਾਤ ਰੱਬ ਦੇ ਨਾਲ ਬਣ ਜਾਂਦਾ ਆ, ਰੱਬ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਉਹ ਰੱਬ ਦੀ ਆਵਾਜ਼ ਵਧਣੀ ਸ਼ੁਰੂ ਹੋ ਜਾਂਦੀ ਆ। ਸੁਬਰਨ ਦੇ ਭਰਾਵੋ, ਜਿਉਂ ਜਿਉਂ ਤੁਹਾਡਾ ਤਾਲੁਕਾਤ ਵਧੂਗਾ, ਜਿਉਂ ਜਿਉਂ ਤਾਲੁਕਾਤ ਦਾ ਮਕਸਦ ਤੁਹਾਡੇ ਲਈ ਵਧੂਗਾ, ਤਿਉਂ ਤਿਉਂ ਰੱਬ ਦੀ ਆਵਾਜ਼ ਵਧੂਗੀ। ਜਿਉਂ ਜਿਉਂ ਤੁਹਾਡੀ ਜ਼ਿੰਦਗੀ ਦੇ ਵਿੱਚ ਰੱਬ ਦੇ ਤਾਲੁਕਾਤ ਨੂੰ ਭਾਲਣਾ, ਰੱਬ ਦੇ ਤਾਲੁਕਾਤ ਨੂੰ ਦਾ ਪਿੱਛਾ ਕਰਨਾ, ਰੱਬ ਦੇ ਤਾਲੁਕਾਤ ਨੂੰ ਇੰਪੋਰਟੈਂਸ ਦੇਣੀ, ਉਹਨੂੰ ਖਾਸੀਅਤ ਦੇਣੀ ਤੁਹਾਡੇ ਵਾਸਤੇ ਪਹਿਲੇ ਨੰਬਰ 'ਤੇ ਹੋਏਗੀ, ਤਿਉਂ ਤਿਉਂ ਪਰਮੇਸ਼ੁਰ ਦੇ ਰੱਬ ਦੀ ਆਵਾਜ਼ ਤੁਹਾਡੇ ਵਿੱਚ ਪਹਿਲੇ ਨੰਬਰ 'ਤੇ ਹੋਏਗੀ, ਤੁਹਾਨੂੰ ਸੁਣਾਈ ਦੇਗੀ। ਜਿਉਂ ਜਿਉਂ ਰੱਬ ਦੇ ਤਾਲੁਕਾਤ ਦਾ ਪੈਸ਼ਨ, ਕਸ਼ਿਸ਼ ਇੰਪੋਰਟੈਂਟ ਹੋਏਗੀ ਤੁਹਾਡੇ ਵਾਸਤੇ ਅਤੇ ਵੱਡੀ ਹੋਏਗੀ ਤੁਹਾਡੇ ਵਿੱਚ ਇਹ ਪੈਸ਼ਨ, ਰੱਬ ਦਾ ਵੱਡਾ ਹੋਵੇਗਾ, ਇਹ ਰੱਬ ਦੀ ਕਸ਼ਿਸ਼ ਵੱਡੀ ਹੋਵੇਗੀ, ਤਿਉਂ ਤਿਉਂ ਰੱਬ ਦੀ ਆਵਾਜ਼ ਤੁਹਾਡੇ ਵਾਸਤੇ ਵੱਡੀ ਹੋਏਗੀ, ਵੱਧਦੀ ਜਾਏਗੀ। ਜਿਵੇਂ ਪਰਮੇਸ਼ੁਰ ਨੇ ਆਪਾਂ ਨੂੰ ਮਸੀਹ ਦਾ ਮਨ ਦਿੱਤਾ ਜਿਹਦੇ ਵਿੱਚ ਰੱਬ ਲਗਾਤਾਰ ਬੋਲਦਾ ਆ। ਅਫਸੋਸ ਆ ਉਹਨਾਂ ਦੇ ਲਈ ਜਿਹਨਾਂ ਨੂੰ ਰੱਬ ਦੀ ਆਵਾਜ਼ ਸੁਣਾਈ ਨਹੀਂ ਦਿੰਦੀ, ਅਫਸੋਸ ਆ ਉਹਨਾਂ ਲਈ। ਮੇਰੀ ਪ੍ਰੇਰ ਹੈਗੀ ਆ ਕਿ ਅੱਜ ਤੋਂ ਬਾਅਦ ਤੁਹਾਡਾ ਤਾਲੁਕਾਤ ਰੱਬ ਦੇ ਨਾਲ ਵਧੇ ਤੇ ਰੱਬ ਦੀ ਆਵਾਜ਼ ਤੁਹਾਡੇ ਵਿੱਚ ਵਧੇ। ਮੇਰੀਆਂ ਭੇਟਾਂ ਮੇਰੀ ਆਵਾਜ਼ ਨੂੰ ਸੁਣਦੀਆਂ ਨੇ ਤੇ ਮੇਰੇ ਪਿੱਛੇ ਪਿੱਛੇ ਆਉਂਦੀਆਂ ਨੇ, ਇੰਝ ਹੀ ਤੁਹਾਡੇ ਨਾਲ ਹੋਵੇਗਾ। ਮੈਂ ਆਉਂਦਾ ਕਰੀ ਪਰਮੇਸ਼ਰ ਪਿਤਾ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਮੈਂ ਸਾਰੇ ਭੈਣ ਭਰਾਵਾਂ ਦੇ ਲਈ ਤੇ ਸਾਰੇ ਕਲੇਸ਼ੀਆ ਦੇ ਲਈ, ਦੋਸਤਾਂ ਮਿੱਤਰਾਂ ਦੇ ਲਈ ਤੁਹਾਡੀ ਬਰਕਤ ਚਾਹੁੰਦਾ ਹਾਂ। ਮੈਂ ਦੁਆ ਕਰਦਾ ਹਾਂ ਪਰਮੇਸ਼ਰ ਪਿਤਾ ਕਿ ਹਰ ਉਹ ਚੀਜ਼ ਜਿਹੜੀ ਉਹਨਾਂ ਨੇ ਤਾਲੁਕਾਤ ਨੂੰ ਕਮਜ਼ੋਰ ਕਰਦੀ ਆ ਜਾਂ ਤੋੜਨਾ ਚਾਹੁੰਦੀ ਆ, ਹਰ ਉਹ ਚੀਜ਼ ਜਿਹੜੀ ਇਹਨਾਂ ਦੇ ਤਾਲੁਕਾਤ ਨੂੰ ਪ੍ਰਭੂ ਜੀ ਡੇਗਣਾ ਚਾਹੁੰਦੀ ਆ, ਠੇਸ ਪਹੁੰਚਾਉਣਾ ਚਾਹੁੰਦੀ ਆ, ਪ੍ਰਭੂ ਜੀ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਉਹਨੂੰ ਰਿਬਿਊ ਕਰਦਾ ਹਾਂ, ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੈਂ ਉਹਨੂੰ ਬ੍ਰੇਕ ਕਰਦਾ ਹਾਂ। ਮੇਰੀ ਪ੍ਰੇਰ ਹੈਗੀ ਆ ਪਰਮੇਸ਼ਰ ਪਿਤਾ ਕਿ ਅੱਜ ਤੋਂ ਬਾਅਦ ਹਰ ਇੱਕ ਭੈਣ ਭਰਾ ਦਾ ਤਾਲੁਕਾਤ ਤੁਹਾਡੇ ਵਿੱਚ ਮਜ਼ਬੂਤ ਹੋ ਜਾਵੇ। ਤੁਹਾਡਾ ਵਚਨ ਕਿਹਾ ਕਿ ਮੇਰੇ ਵੱਲ ਨੂੰ ਆਓ ਤੇ ਮੈਂ ਤੁਹਾਡੇ ਵੱਲ ਨੂੰ ਆਵਾਂਗਾ। ਆਮੇਨ। ਜਿੰਨਾ ਜ਼ਿਆਦਾ ਅਸੀਂ ਪਰਮੇਸ਼ੁਰ ਦੇ ਕਰੀਬ ਆਵਾਂਗੇ ਉਨਾ ਜ਼ਿਆਦਾ ਪਰਮੇਸ਼ੁਰ ਆਪਣੇ ਕਰੀਬ ਆਉਂਦਾ ਹੈਗਾ ਆ। ਕਿ ਪਰਮੇਸ਼ੁਰ ਪਿਤਾ ਦਾ ਪਿਆਰ, ਪ੍ਰਭੂ ਯਿਸੂ ਮਸੀਹ ਜੀ ਦੀ ਕਿਰਪਾ ਤੇ ਮਿਹਰ, ਪਵਿੱਤਰ ਆਤਮਾ ਦੀ ਸੰਗਤੀ ਸਭਨਾਂ ਨਾਲ ਬਣੀ ਰਹੇ ਹਮੇਸ਼ਾ ਹਮੇਸ਼ਾ ਦੇ ਵਾਸਤੇ ਯਿਸੂ ਨਾਮ ਦੇ ਵਿੱਚ। ਆਮੀਨ, ਆਮੀਨ, ਆਮੀਨ। ਜੈ ਮਸੀਹ ਦੀ ਸਾਰਿਆਂ ਨੂੰ। God bless you.